बसा लिया है दिल में बसा लिया है दिल में बसा लिया है दिल में बसा लिया है मैंने तुझको दिल में बसा लिया है हाँ, मैंने तुझको दिल में बसा लिया है ਮੈਨੇ ਤੁਝ ਸੰਗ ਪ੍ਰੀਤ ਲਗਾਈ ਤੂਨੇ ਮੁਝ ਕੋ ਦਿਹਰਾਈ ਮੈਨੇ ਤੁਝ ਸੰਗ ਪ੍ਰੀਤ ਲਗਾਈ ਤੂਨੇ ਮੁਝ ਕੋ ਦਿਹਰਾਈ मेरे पाप का बोझ सारा तूने उठा लिया है मेरे पाप का बोझ सारा तूने उठा लिया है मैंने तुझको दिल में बसा लिया है आ मैंने तुझको दिल में बसा लिया है 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 मैंने तुझको दिल में बसा लिया है हाँ मैंने तुझको दिल में बसा लिया है ਹੇ ਮਹਾਨ ਪਰਮੇਸ਼ਰ ਪ੍ਰਭੂ ਤੇਰਾ ਬੰਦਾ ਦਾਊਦ ਕਹਿੰਦਾ ਹੈ ਮੈਂ ਨੇ ਤੇਰੇ ਬਚਨ ਨੂੰ ਆਪਣੇ ਹਿਰਦੇ ਮੇਂ ਰਖ ਛੋੜਾ ਹੈ ਤਾਂ ਜੋ ਤੇਰੇ ਵਿਰੁੱਧ ਪਾਪ ਨਾ ਕਰੀਂ ਐ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਅੱਜ ਅਸੀਂ ਤੇਰੇ ਕਲਾਮ ਨੂੰ ਆਪਣੇ ਮਨ ਵਿੱਚ ਜਮਾ ਕਰ ਸਕੀਏ ਤਾਂ ਜੋ ਤੇਰੇ ਵਿਰੁੱਧ ਕੋਈ ਪਾਪ ਨਾ ਹੋਵੇ ਤੇਰੀਆਂ ਅਦਾਇਤਾਂ ਤੇਰੀਆਂ ਆਗਿਆਵਾਂ ਨੂੰ ਪਿਆਰੇ ਪਰਮੇਸ਼ਰ ਤੇਰੇ ਨਿਯਮਾਂ ਤੇਰੀ ਵਿਧੀਆਂ ਨੂੰ ਸਦਾ ਤਿਕ ਮਨ ਲਗਾ ਕੇ ਚਿੱਤ ਲਗਾ ਕੇ ਸੁਣਦੇ ਰਹੀਏ ਔਰ ਉਹਦੇ ਅਨੁਸਾਰ ਚੱਲ ਸਕੀਏ ਸਾਡੀ ਇਹ ਬੇਨਤੀ ਹੈ ਜਿੰਨੇ ਵੀ ਇਸ ਜੂਮ ਮੀਟਿੰਗ ਦੇ ਵਿੱਚ ਅਸੀਂ ਜੁੜੇ ਹਾਂ ਸਾਡੇ ਸਭ ਤੇ ਕਿਰਪਾ ਦ੍ਰਿਸ਼ਟੀ ਕਰ ਖੁਦਾਵਾ ਪਰਮੇਸ਼ਰ ਪ੍ਰਭੂ ਸਾਡੇ ਸ਼ਬਦੇ ਨਾਲ ਤੁਸੀਂ ਗੱਲਬਾਤ ਕਰੋ ਔਰ ਬਾਕੀ ਰਹਿੰਦੇ ਸਮੇਂ ਦੇ ਵਿੱਚ ਸਾਡੀ ਸਹਿਤਾ ਕਰੋ ਤਾਂ ਜੋ ਅਸੀਂ ਤੇਰੇ ਕਲਾਮ ਤੋਂ ਸਿੱਖੀਏ ਸਮਝੀਏ ਔਰ ਉਹਦੇ ਮੁਤਾਬਕ ਚੱਲ ਸਕੀਏ اے ਖੁਦਾਯਾ ਸਾਡੀ ਮਦਦ ਕਰੋ ਸਭ ਕੁਝ ਤੁਹਾਡੇ ਚਰਨਾਂ 'ਚ ਸੌਂਪਦੇ ਹਾਂ ਧੰਨਵਾਦ ਕਰਦੇ ਹਾਂ ਦੁਆ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਚ ਮੰਗਦੇ ਹਾਂ ਆਮੀਨ ਆਮੀਨ ਸੋ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਦੀ ਅੱਛੀ ਸਵੇਰ ਲਈ ਜੋ ਸਾਡੇ ਜੀਵਨ ਵਿੱਚ ਪਰਮਿਸ਼ਨ ਦਿੰਦੀ ਹੈ ਆਈ ਅੱਜ ਅਸੀਂ ਪਰਮੇਸ਼ਰ ਦੀ ਬਾਣੀ ਵਿੱਚੋਂ ਜੋ ਲਗਾਤਾਰ ਅਸੀਂ ਇੱਕ ਟੌਪਿਕ ਤੇ ਗੱਲ ਕਰਦੇ ਹੁੰਦੇ ਹਾਂ ਕਲਿਸਿਆ ਦੀ ਉਨਤੀ ਦੇ ਬਾਰੇ ਕਿ ਅੱਜ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਨੇ ਸਾਡੀ ਕਲਿਸਿਆ ਅੱਗੇ ਕਿਉਂ ਨਹੀਂ ਰਹੀ ਕਈ ਵਾਰ ਕੁਝ ਲੋਕ ਆਉਂਦੇ ਨੇ ਕੁਝ ਚਲੇ ਜਾਂਦੇ ਨੇ ਨਵੇਂ ਆਉਂਦੇ ਪੁਰਾਣੇ ਚਲੇ ਜਾਂਦੇ ਨੇ ਅਸੀਂ ਉਹਨੇ ਕੀ ਲੈਂਦੇ ਆ ਫਿਰ ਕਈ ਜਿਹੜੇ ਵਿੱਚ ਪੁਰਾਣੇ ਹੁੰਦੇ ਨੇ ਉਹ ਸਵਾਲ ਸੋਚਦੇ ਰਹਿੰਦੇ ਨੇ ਵੀ ਕੀ ਕਾਰਨ ਹੈ ਕਲੀਸਿਆ ਨਾ ਵਧਣ ਦਾ ਪਰ ਆਪਾਂ ਕਾਰਨਾ ਤੇ ਕੁਝ ਗੌਰ ਕਰ ਕੀਤੀਆਂ ਨੇ ਆਪਾਂ ਸਿੱਖਦੇ ਆਏ ਆਂ ਔਰ ਉਹ ਕਿਸੇ ਕਲੀਸਿਆ ਦੀ ਉਦਾਹਰਨ ਲੈਂਦੇ ਹਾਂ ਜੋ ਬਾਈਬਲ ਦੇ ਵਿੱਚ ਹੈ ਪਹਿਲੀ ਕਲੀਸਿਆ ਜੋ ਯਰੂਸ਼ਲਮ ਵਿੱਚ ਸਥਾਪਿਤ ਹੋਈ ਸੀ ਕਿਵੇਂ ਵਧੀ ਸੋ ਜਦ ਅਸੀਂ ਰਸੂਲਾਂ ਦੇ ਕਰਤੱਵ ਨੂੰ ਪੜਦੇ ਆਂ ਉੱਥੇ ਦੋਦੇ ਬਿਆਲੀ ਹੱਤੋਂ ਪਸ ਸਿੱਖ ਰਹੇ ਆ ਕਿ ਉੱਥੇ ਲਿਖਿਆ ਜਿਹੜੇ ਉਸ ਸਮੇਂ ਦੇ ਉਸ ਵਸਤੀ ਜੰਸੀ ਜੋ ਪਰਮੇਸ਼ਰ ਦੇ ਵਿੱਚ ਪਰਮੇਸ਼ਰ ਦੇ ਸੇਵਕਾਂ ਵਿੱਚ ਆ ਮਿਲੇ ਸੀ ਔਰ ਉਹ ਕੀ ਕਰਦੇ ਹੁੰਦੇ ਸੀਗੇ ਉਹ ਰਸੂਲਾਂ ਦੇ ਸਿੱਖਿਆ ਪਾਉਣ ਲਈ ਆਉਂਦੇ ਹੁੰਦੇ ਸੀਗੇ ਰਸੂਲਾਂ ਦੇ ਸਿੱਖਿਆ ਪਾਉਣ ਲਈ ਆਉਂਦੇ ਸੀਗੇ ਤੇ ਸੰਗਤੀ ਵਿੱਚ ਰਹਿਣ ਲਈ ਅਤੇ ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲਾ ਲਿੰਦੇ ਰਹਿੰਦੇ ਸੀਗੇ ਸੋ ਜਿਸ ਕਾਰਨ ਇਹ ਕਲੀਸਿਆਵਾਂ ਕਲੀਸਿਆ ਦਿਨ ਪ੍ਰਤੀ ਦਿਨ ਵੱਧਦੀ ਚੱਲੀ ਗਈ ਔਰ ਅੱਜ ਇੱਥੇ ਤੱਕ ਅਸੀਂ ਉਸੇ ਕਲੀਸਿਆ ਦੇ ਹਿੱਸੇ ਹਾਂ ਔਰ ਇਨੀ ਉન્નਤੀ ਉਹਨਾਂ ਨੇ ਕੀਤੀ ਸੋ ਆਪਾਂ ਮੁੱਖ-ਮੁੱਖ ਗੱਲਾਂ ਦੇਖ ਕੇ ਅੱਗੇ ਬਤਾਂਗੇ ਆਖਰੀ ਅੱਜ ਇਸਦੇ ਵਿੱਚ ਅਸੀਂ ਸਿੱਖਣ ਲਈ ਜਾ ਰਹੇ ਹਾਂ ਇਸ ਆ ਟਾਪਿਕ ਨੂੰ ਔਰ ਇਹਦਾ ਜਿਹੜਾ ਆਖਰੀ ਹਿੱਸਾ ਹੈ ਉਹ ਹੈ ਉਪਰਾਥਨਾ ਕਰਨ ਵਿੱਚ ਲੱਗੇ ਰਹੇ ਆਪਾਂ ਜਿਹੜੀ ਪਹਿਲਾ ਪਹਿਲਾਂ ਸਿੱਖਿਓ ਹੈ ਉਰਫ ਲਾਦੀ ਸਿੱਖਿਆ ਲੈਣ ਵਿੱਚ ਲੱਗੇ ਰਹੇ ਕਿ ਪਹਿਲੇ ਜਿਹੜੇ ਲੋਕ ਸੀ ਜਿਹੜੇ ਸਿੱਖਣ ਲਈ ਆਉਂਦੇ ਸੀ ਤਾਂ ਅੱਜ ਉਹ ਸਾਡੇ ਵਿਚਾਰ ਮੌਜੂਦ ਨੇ ਔਰ ਸਦਾ ਤੱਕ ਉਹ ਬਣੇ ਰਹਿਣਗੇ ਕਾਇਮ ਰਹਿਣਗੇ ਕਿਉਂਕਿ ਪਹਿਲਾ ਪ੍ਰਭੂ ਯਿਸੂ ਮਸੀਹ ਦੇ ਚੇਲੇ ਜਿਹੜੇ ਉਹਨਾਂ ਨੇ 40 ਦਿਨਾਂ ਦੇ ਫਾਸਟਿੰਗਾਂ ਦੇ ਬਾਅਦ ਤਿਆਰ ਕੀਤੇ ਉਹ ਸਿੱਖਣ ਲਈ ਆਏ ਉਹਨਾਂ ਦੀ ਕੋਈ ਇਹ ਜਿਹੀ ਲਿਖੋਐਸ ਨਹੀਂ ਸੀ ਕੋਈ ਚੰਗਿਆਈ ਛੁਟਕਾਰੇ ਦੀ ਨਹੀਂ ਸੀ ਉਹ ਕਲੀਸਿਆ ਨਾਲ ਅਸਲੀ ਜੁੜੇ कि आज आज तक ਲੋਕ ਤਾਂ ਜੁੜਦੇ ਨੇ ਜੇ ਉਹਨਾਂ ਨੂੰ ਕੋਈ ਬਿਮਾਰੀ ਹੋਈ ਜਾਂ ਪਰੇਸ਼ਾਨੀ ਹੋਈ ਜਾਂ ਕੋਈ ਦੁੱਖ ਤਕਲੀਫ ਹੋਵੇ ਤਾਂ ਬੰਦਾ ਪ੍ਰਭੂ ਦੇ ਕੋਲੇ ਆਉਂਦਾ ਔਰ ਫਿਰ ਵੀ ਆ ਕੇ ਉਹਦੀ ਨਿਗਾਹ ਸਿਰਫ ਉਹਨਾਂ ਆਪਣੀ ਸਮੱਸਿਆਵਾਂ ਬਾਲੀ ਲੱਗੀ ਰਹਿੰਦੀ ਹੈ ਇਸ ਵਜ੍ਹਾ ਕਰਕੇ ਉਹ ਕੁਝ ਸਮੇਂ ਚਰਚ ਵਿੱਚ ਰਹਿੰਦੇ ਨੇ ਉਸ ਤੋਂ ਬਾਅਦ ਉੱਥੋਂ ਚਲੇ ਜਾਂਦੇ ਨੇ ਨਿਕਲ ਜਾਂਦੇ ਨੇ ਕਿਉਂਕਿ ਉਹਨਾਂ ਦੀ ਕਈ ਵਾਰ ਇਹ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਔਰ ਇਸ ਵਜ੍ਹਾ ਕਰਕੇ ਉਹ ਚਰਚ ਤੋਂ ਚਰਚ ਬਦਲਦੇ ਰਹਿੰਦੇ ਨੇ ਕਿਉਂਕਿ ਉਹ ਸਿੱਖਦੇ ਨਹੀਂ ਆਂ ਕਿਉਂਕਿ ਜਦ ਸਿੱਖਿਆ ਲੈਣ ਲਈ ਆਵੇਗਾ ਉਹੀ ਬੰਦਾ ਟਿਕੇਗਾ ਜਿਹੜਾ ਮਨ ਆਪਣਾ ਸਿੱਖਿਆ ਵੱਲ ਲਗਾਉਗਾ ਦੂਸਰਾ ਸੰਗਤੀ ਸਾਨੂੰ ਆਪਣੀ ਸੰਗਤੀ ਤੇ ਧਿਆਨ ਦੇਣ ਦੀ ਲੋੜ ਹੈ ਤੋ ਖਾਣਾ ਖਾਓ ਜਿਸ ਤਰ੍ਹਾਂ ਕਿ ਪਹਿਲਾ ਦੂਸਰਾ ਕੋਰਿੰਥੀ ਪਹਿਲਾ ਕੋਰਿੰਥੀ 15 33 ਵਿੱਚ ਲਿਖਿਆ ਹੈ ਅੱਜ ਸੰਗਤੀ ਦੇ ਕਾਰਨ ਬਹੁਤ ਸਾਰੇ ਲੋਕ ਤੁੱਖਾ ਖਾ ਰਹੇ ਨੇ ਕੀ ਦੀ ਸੰਗਤੀ ਕਰ ਰਹੇ ਨੇ ਸੋ ਤੀਸਰੀ ਗੱਲ ਅਸੀਂ ਰੋਟੀ ਤੋੜਨ ਦੇ ਵਿੱਚ ਰੋਟੀ ਕੌਣ ਹੈ ਪ੍ਰਭੂ ਯਿਸੂ ਮਸੀਹ ਜੀਵਨ ਦੀ ਰੋਟੀ ਹੈ ਅਸੀਂ ਇਹ ਸਿੱਖਿਆ ਸੀਗਾ ਸੋ ਅੱਜ ਅਸੀਂ ਚੌਥੀ ਗੱਲ ਦੇ ਵਿੱਚ ਆਏ ਨਾ ਸਿੱਖਣ ਵਾਸਤੇ ਉਹ ਹੈ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ ਤਿੰਨੇ ਕੰਮਾਂ ਵਿੱਚ ਤੋਂ ਲੱਗੇ ਸਿੱਖਿਆ ਪਾਉਣ ਦੇ ਵਿੱਚ ਸੰਗਤੀ ਰੱਖਣ ਦੇ ਵਿੱਚ ਕਈ ਵਾਰ ਸੰਗਤੀ ਰੱਖ ਰੱਖ ਕੇ ਲੋਕ ਆਖ ਜਾਂਦੇ ਕੱਲ ਵੀ ਸੰਗਤੀ ਸੀ ਅੱਜ ਵੀ ਸੰਗਤੀ ਆ ਪਰਸੋਂ ਵੀ ਸੰਗਤੀ ਆ ਉਹਨਾਂ ਦੇ ਘਰੇ ਵੀ ਆ ਇਹਨਾਂ ਦੇ ਘਰੇ ਵੀ ਆ ਤੇ ਫਿਰ ਇਸ ਵਜ੍ਹਾ ਕਰਕੇ ਕਈ ਵਾਰ ਲੋਕਾਂ ਕਹਿੰਦੇ ਉਹ ਲਗਾਤਾਰ ਸੰਗਤੀ ਰੱਖਦੇ ਰਹਿੰਦੇ ਸੀ ਤੇ ਤੀਸਰੀ ਗੱਲ ਰੋਟੀ ਤੋੜਨ ਵਿੱਚ ਰੋਟੀ ਤੋੜਨਾ ਪਾਵ ਆਪਾਂ ਸਿੱਖਿਆ ਸੀਗਾ ਕਿ ਇੱਕ ਪਿਆਰ ਸੀ ਆਪਾਂ ਇੱਕ ਰੋਟੀ ਚ ਤੋੜ ਕੇ ਖਾਣਾ ਉਹ ਉਹ ਰੋਟੀ ਕੌਣ ਸੀ ਪ੍ਰਭੂ ਯਸ਼ੁਮਤ ਸੀ ਉਹ ਸਿੱਖ ਰਹੇ ਸੀਗੇ ਔਰ ਆਈਏ ਅੱਜ ਅਸੀਂ ਸਿੱਖੀਏ ਅਤੇ ਉਹ ਪ੍ਰਾਰਥਨਾ ਕਰਨ ਵਿੱਚ ਲੋਲਿੰਦ ਰਹੇ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ ਹਿੰਦੀ ਚ ਲੋਲਿੰਦ ਲਿਖਿਆ ਸੋ ਪ੍ਰਾਰਥਨਾ ਮਸੀਹ ਜੀਵਨ ਦੀ ਸਾਹ ਆ ਇਸ ਤੋਂ ਇਲਾਵਾ ਜਿਗਰ ਮਸੀਹ ਜੀਵਨ ਮੁਰਦਾ ਜੀਵਨ ਹੈ ਜੇਕਰ ਉਹਦੇ ਚ ਸਾਹ ਨਹੀਂ ਹੈ ਜੇਕਰ ਉਹ ਪ੍ਰਾਰਥਨਾ ਨਹੀਂ ਕਰਦੇ ਸੋ ਪ੍ਰਾਰਥਨਾ ਬਹੁਤ ਮੁੱਖ ਚੀਜ਼ ਹੈ ਔਰ ਪ੍ਰਾਰਥਨਾ ਪਰਮੇਸ਼ਰ ਦੇ ਨਾਲ ਗੱਲਬਾਤ ਕਰਨ ਦਾ ਜਰੀਆ ਹੈ ਪ੍ਰਾਰਥਨਾ ਦੇ ਦੁਆਰਾ ਹੀ ਅਸੀਂ ਲੋਕ ਇੱਕ ਦੂਸਰੇ ਦੀ ਸਹਿਤਾ ਕਰਦੇ ਹਨ ਔਰ ਉਸ ਆਸਤੇ ਨਾਲ ਹੈ। ਔਰ ਪ੍ਰਾਰਥਨਾ ਕਈ ਲੋਕ ਪ੍ਰਾਰਥਨਾ ਤਾਂ ਕਰਦੇ ਹਨ। ਕਈ ਵਾਰੀ ਪ੍ਰਾਰਥਨਾ ਸੁਣੀ ਨਹੀਂ ਜਾਂਦੀ। ਲਗਾਤਾਰ ਵੀ ਪ੍ਰਾਰਥਨਾ ਕਰਦੇ ਨੇ ਕਈ ਕਈ ਘੰਟੇ ਬੈਠ ਕੇ ਪ੍ਰਾਰਥਨਾ ਕਰਦੇ ਰਹਿੰਦੇ ਨੇ। ਫੇਰ ਵੀ ਦੇਖਿਆ ਹੋਵੇਗਾ ਕਈ ਇਹੋ ਜਿਹੇ ਸਾਡੀਆਂ ਲੋੜਾਂ ਨੇ। ਕਈ ਅਜਿਹੀਆਂ ਸਾਡੀਆਂ ਜ਼ਰੂਰਤਾਂ ਹੁੰਦੀਆਂ ਨੇ ਜਿਹੜੀਆਂ ਪ੍ਰਾਰਥਨਾ ਕਰਨ ਦੇ ਨਾਲ ਉਹ ਪੂਰੀਆਂ ਨਹੀਂ ਹੁੰਦੀਆਂ ਜਦ ਅਸੀਂ ਕਈ ਵਾਰ ਉਹਦੇ ਲਈ ਰੋਜ਼ੇ ਵੀ ਰੱਖਦੇ ਆ ਰੋਜ਼ੇ ਰੱਖਦੇ ਆ ਤੇ ਹੋਰ ਵੀ ਕੰਮ ਇਹ ਜੇ ਕਰਦੇ ਆ ਜਿਹੜੇ ਆਪਾਂ ਸਾਡੀ ਪ੍ਰਾਰਥਨਾ ਸੁਣੀ ਜਾਏ ਔਰ ਕਈ ਸੇਵਕਾਂ ਤੋਂ ਜਾ ਕੇ ਪ੍ਰਾਰਥਨਾ ਕਰਵਾਉਂਦੇ ਆਂ ਕਈਆਂ ਨੂੰ ਅਸੀਂ ਫੋਨ ਕਰਕੇ ਪ੍ਰਾਰਥਨਾ ਕਰਾਉਣੇ ਕਈ ਪ੍ਰਾਰਥਨਾ ਮੰਡਲੀਆਂ ਵਿੱਚ ਜਾ ਕੇ ਪ੍ਰਾਰਥਨਾ ਕਰਵਾਉਂਦੇ ਆਂ بڑے بڑے ਸੇਵਕਾਂ ਤੋਂ ਜੋ ਅੱਜ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹਨ ਉਹਨਾਂ ਤੋਂ ਕਈ ਵਾਰ ਪ੍ਰਾਰਥਨਾ ਕਰਾਉਣੇ ਔਰ ਬਹੁਤ ਜਗ੍ਹਾ ਤੇ ਅਸੀਂ ਵੀ ਮੈਂ ਕਈ ਜਗ੍ਹਾ ਤੇ ਜਾ ਜਾ ਕੇ ਅ ਦੇਖਿਆ ਬਾਬਾ ਸਾਰੇ ਲੋਕ ਇਸ ਤਰ੍ਹਾਂ ਕਰਦੇ ਹੋਏ ਆਪਣੇ ਸੰਗਤੀ ਨੂੰ ਛੱਡ ਕੇ ਦੂਸਰੀ ਸੰਗਤੀ ਵਿੱਚ ਜਾ ਕੇ ਉਹਨਾਂ ਦੀ ਗਵਾਹੀਆਂ ਸੁਣ ਕੇ ਫਿਰ ਉਸ ਤੋਂ ਬਾਅਦ ਉੱਥੇ ਜਾਂਦੇ ਨੇ ਜਾਣ ਤੋਂ ਬਾਅਦ ਉੱਥੇ ਪ੍ਰਾਰਥਨਾ ਕਰਾਉਂਦੇ ਨੇ ਉੱਥੇ ਉਹਨਾਂ ਦੀ ਪ੍ਰਾਰਥਨਾ ਸੁਣੇ ਨਹੀਂ ਜਾਂਦੇ ਫਿਰ ਉਹ ਹੋਰ ਵੀ ਕਈ ਵੱਡੇ ਪ੍ਰੋਫਿਟ ਔਰ ਪੋਸਟਲ ਸਾਬ ਹੋਰ ਬਹੁਤ ਸਾਰੇ ਜਿਹੜੇ ਵੱਡੇ ਪਦਰਾ ਤੇ ਵੱਡੇ ਅਹੁਦਿਆਂ ਤੇ ਨੇ ਪਰਮੇਸ਼ਰ ਦੇ ਸੇਵਕ ਉਹਨਾਂ ਤੋਂ ਵੀ ਪ੍ਰਾਰਥਨਾ ਕਰਾਉਂਦੇ ਫਿਰ ਵੀ ਸੁਣੀ ਨਹੀਂ ਜਾਂਦੀ ਕੀ ਕਾਰਨ ਹੁੰਦਾ ਹੈ ਪ੍ਰਾਰਥਨਾ ਨਾ ਸੁਣੀ ਜਾਂਦੀ ਜੇਕਰ ਸਾਡੀ ਪ੍ਰਾਰਥਨਾ ਅੱਜ ਸੁਣੀ ਨਹੀਂ ਜਾ ਰਹੀ ਅੱਜ ਬਹੁਤ ਲੋਕ ਪ੍ਰਾਰਥਨਾ ਕਰਵਾ ਕਰਵਾ ਕੇ ਥੱਕ ਜਾਂਦੇ ਨੇ ਅੱਕ ਜਾਂਦੇ ਨੇ ਔਰ ਉਹ ਕਈ ਵਾਰ ਉਹ ਬੈਕਸਲਾਈਡ ਹੋ ਜਾਂਦੇ ਨੇ ਫਿਰ ਤਾੰਤ੍ਰਿਕ ਮੰਤਰਿਕਾਂ ਕੋਲ ਚਲੇ ਜਾਂਦੇ ਨੇ ਬਹੁਤ ਸਾਰੇ ਹੋਰ ਟੰਗ ਅਪਣਾ ਲੈਂਦੇ ਨੇ ਜਿਹੜੇ ਦੁਨਿਆਵੀ ਉਹ ਪਹਿਲਾਂ ਕਰਦੇ ਸੀ ਤਾੰਤ੍ਰਿਕ ਮੰਤਰਕਾਲ ਟੋਟਕਿਆਂ ਵਾਲੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਲੋੜਾਂ ਉਹਨਾਂ ਦੇ ਮਨ ਵਿੱਚ ਉਦੋਂ ਹੀ ਬਰਕਰਾਰ ਰਹਿੰਦੀਆਂ ਨੇ ਪਰ ਉਹ ਫਿਰ ਕਈ ਵਾਰ ਪ੍ਰਭੂ ਨੂੰ ਵੀ ਬੁਰਾ ਭਲਾ ਬੋਲਦੇ ਨੇ ਕਈ ਵਾਰ ਪ੍ਰਭੂ ਦੇ ਲੋਕਾਂ ਨੂੰ ਵੀ ਛੋਟਾ ਵੱਡਾ ਦੱਸਦੇ ਨੇ ਇਹ ਬਹੁਤ ਸਾਰੀਆਂ ਗੱਲਾਂ ਨੂੰ ਆਪਣੇ ਮਨ ਵਿੱਚ ਪ੍ਰਭੂ ਦੇ ਖਿਲਾਫ ਲੈ ਕੇ ਆਉਂਦੇ ਹਨ ਪਰੰਤੂ ਉਹਨਾਂ ਨੇ ਕਦੇ ਉਸ ਕਾਰਨ ਨਹੀਂ ਲੱਭਿਆ ਜਿਹੜੇ ਕਾਰਨ ਉਹਨਾਂ ਦੀ ਪ੍ਰਾਰਥਨਾ ਰੁਕ ਜਾਂਦੀ ਹੈ ਜਿਨ੍ਹਾਂ ਦੇ ਕਰਕੇ ਉਹਨਾਂ ਦੀਆਂ ਜਾਂ ਸਾਡੀਆਂ ਪ੍ਰਾਰਥਨਾਵਾਂ ਰੁਕ ਜਾਂਦੀਆਂ ਕਈ ਵਾਰ ਦੇਖਿਆ ਹੋਵੇਗਾ ਸਾਡੀਆਂ ਬਹੁਤ ਸਾਰੀਆਂ ਅਜਿਹੀਆਂ ਪ੍ਰਾਰਥਨਾਵਾਂ ਹੁੰਦੀਆਂ ਨੇ ਕਾਫੀ ਕਾਫੀ ਸਮੇਂ ਤੱਕ ਅਸੀਂ ਉਹਨਾਂ ਨੂੰ ਕਰਦੇ ਰਹਿੰਦੇ ਹਾਂ ਲੇਕਿਨ ਉਹ ਸੁਣਵਾਈ ਨਹੀਂ ਹੁੰਦੀ ਔਰ ਉਹਨਾਂ ਕੁਝ ਕਾਰਨਾਂ ਨੂੰ ਅੱਜ ਅਸੀਂ ਧਿਆਨ ਦਵਾਂਗੇ ਕਿਹੜੇ-ਕਿਹੜੇ ਕਾਰਨ ਜਿਹੜੇ ਸਾਡੇ ਲਈ ਇੱਕ ਅੜਚਣ ਬੜ ਜਾਂਦੇ ਨੇ ਸਾਡੀ ਪ੍ਰਾਰਥਨਾ ਦੀ ਸਾਡੀ ਆਸ਼ੀਸ਼ ਦੀ ਸਾਡੀ ਬਰਕਤਾਂ ਪਹਿਲੀ ਗੱਲ ਅਸੀਂ ਦੇਖਦੇ ਹਾਂ ਉਹ ਹੈ ਸਾਡੇ ਪਾਪ ਜਦ ਅਸੀਂ ਯਸ਼ਾਇਆ ਦੀ ਪੁਸਤਕ ਔਰ ਉਹਦੇ ਉਨਾਟ ਅਦੇ ਆਇਆ ਚ ਪੜਦੇ ਆ ਉੱਥੇ ਲਿਖਿਆ ਆ ਵੇਖੋ ਯਹੋਵਾ ਦਾ ਹੱਥ ਅਜੇਹਾ ਛੋਟਾ ਨਹੀਂ ਕਿ ਉਹ ਬਚਾ ਨਾ ਸਕੇ ਉਹਦਾ ਕੰਨ ਅਜੇਹਾ ਭਾਰੀ ਹੈ ਕਿ ਉਹ ਸੁਣ ਨਾ ਸਕੇ ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਤੁਹਾਡੇ ਪਰਮੇਸ਼ਰ ਤੋਂ ਦੂਰ ਕਰ ਦਿੱਤਾ ਹੈ ਅਤੇ ਤੁਹਾਡੇ ਪਾਪਾਂ ਨੇ ਉਹਦਾ ਮੂਹ ਤੁਹਾਡੇ ਕੋਲੋਂ ਅਝੀਹਾ ਲੁਕਾ ਦਿੱਤਾ ਹੈ ਕਿ ਉਹ ਸੁਣਦਾ ਨਹੀਂ ਜੀ ਹਾਂ ਸਾਡੀਆਂ ਹੀ ਗਲਤੀਆਂ ਹੁੰਦੀਆਂ ਨੇ ਜਿਹਦੇ ਕਰਕੇ ਸਾਡੀ ਪ੍ਰਾਰਥਨਾ ਰੁਕ ਜਾਂਦੀ ਹੈ ਕਈ ਵਾਰ ਅਸੀਂ ਪ੍ਰਾਰਥਨਾ ਤਾਂ ਕਰਾਉਂਦੇ ਰਹਿੰਦੇ ਹਾਂ ਕਰਦੇ ਰਹਿੰਦੇ ਹਾਂ ਲੇਕਿਨ ਗਲਤੀ ਜਿਹੜੀ ਹੁੰਦੀ ਹੈ ਉਹ ਉਦਾਂ ਹੀ ਬਰਕਰਾਰ ਰਹਿੰਦੇ ਜਿਦੀ ਵਜ੍ਹਾ ਕਰਕੇ ਸਾਡੀ ਪ੍ਰਾਰਥਨਾ ਸੁਣੀ ਨਹੀਂ ਜਾਂਦੀ ਸਾਡਾ ਪਾਪ ਕਿਉਂਕਿ ਅਸੀਂ ਇੱਥੇ ਇੱਕ ਵਜ੍ਹਾ ਦੇਖੀਏ ਉਹ ਕੀ ਹੈ ਪਾਪ ਜਿਦੇ ਕਰਕੇ ਸਾਡੀ ਪ੍ਰਾਰਥਨਾ ਰੁਕ ਜਾਂਦੀਆਂ ਜਿਦੇ ਕਰਕੇ ਸਾਡੀ ਸੁਣੀ ਨਹੀਂ ਜਾਂਦੀ ਕਈ ਵਾਰ ਅਸੀਂ ਕਿਸੇ ਪ੍ਰਕਾਰ ਦਾ ਕੋਈ ਵੀ ਪਾਪ ਗਲਤੀ ਗੁਨਾਹ ਕਰ ਲੈਂਦੇ ਹਾਂ ਔਰ ਉਹਦਾ ਇਕਰਾਰ ਨਹੀਂ ਕਰਦੇ ਮੰਨਦੇ ਨਹੀਂ ਇਸ ਲਈ ਜੇ ਅਸੀਂ ਯਾਕੂਬ ਦੀ ਪੱਤਰੀ ਨੂੰ ਪੜਹੀਏ ਉੱਥੇ ਲਿਖਿਆ ਹੋਇਆ ਹੈ ਜੇਕਰ ਅਸੀਂ ਉਹਦਾ ਯਾਕੂਬ ਦੀ ਪੱਤਰੀ 5 ਅਧਿਆਇ ਅਤੇ ਉਹਦੀ 16 ਇਹ ਤਨੂੰ ਪੜਾਂਗੇ ਤਾਂ ਕੀ ਲਿਖਿਆ ਹੈ ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਸੰਗੇ ਹੋ ਜਾਓ ਧਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਹੈ ਹallelujah ਸੋ ਇਹ ਜਿਹੜਾ ਹੱਲ ਹੈ ਬੰਦਾ ਅੱਜ ਬਹੁਤ ਸਾਰੇ ਥਾਵਾਂ ਦੇ ਵਿੱਚ ਇਸ ਤਰ੍ਹਾਂ ਆਪਣੀਆਂ ਗਲਤੀਆਂ ਨੂੰ ਨਾਲ ਲੈ ਕੇ ਚੱਲਦਾ ਰਹਿੰਦਾ ਆਪਣੇ ਪਾਪ ਨੂੰ ਨਹੀਂ ਮੰਨਦਾ ਕਿਉਂਕਿ ਅਸੀਂ ਜਦ ਨੀਤੀ ਵਚਨ ਦੇ ਵਿੱਚ ਹੀ ਪੜਦੇ ਹਾਂ ਅ ਜੀ ਗਰਮ ਨੀਤੀ ਵਚਨ ਅਸੀਂ 28 ਅਧਿਆਇ ਨੂੰ ਪੜ੍ਹਦੇ ਹਾਂ 28 ਅਧਿਆਇ ਦੀ 13 ਐਤ ਨੂੰ ਪੜ੍ਹੀਏ 28 ਦੀ 13 ਚ ਲਿਖਿਆ ਹੋਇਆ ਹੈ ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫਲ ਨਹੀਂ ਹੁੰਦਾ ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮ ਕੀਤਾ ਜਾਵੇਗਾ ਉਹਦੇ ਉੱਤੇ ਰਹਿਮ ਕੀਤਾ ਜਾਵੇਗਾ ਉਹਦੀਆਂ ਵਧੀਆਂ ਅ ਮਾਫ ਕੀਤੀਆਂ ਜਾਣਗੀਆਂ ਉਹਦੀ ਪ੍ਰਾਰਥਨਾ ਸੁਣੀ ਜਾਏਗੀ ਜਿਹੜਾ ਬੰਦਾ ਆਪਣੀ ਗਲਤੀ ਨੂੰ ਮੰਨਦਾ ਹੈ ਪ੍ਰਾਰਥਨਾ ਇਸ ਕਰਕੇ ਕਈ ਵਾਰ ਸਾਡੀ ਪ੍ਰਾਰਥਨਾ ਸੁਣੀ ਨਹੀਂ ਜਾਂਦੀ ਹੂ ਕਦੇ ਵੀ ਅਸੀਂ ਆਪਣੀ ਗਲਤੀਆਂ ਵੱਲ ਨਹੀਂ ਲੋਕਾਂ ਦੀਆਂ ਗਲਤੀਆਂ ਵੱਲ ਦ੍ਰਿਸ਼ਟੀ ਦਿੰਦੇ ਰਹਿੰਦੇ ਹਾਂ ਬਹੁਤ ਵਾਰ ਅਸੀਂ ਲੋਕਾਂ ਨੂੰ ਹੀ ਦੋਸ਼ੀ ਠਹਿਰਾਉਂਦੇ ਰਹਿੰਦੇ ਹਾਂ ਸਾਡੇ ਨਾਲ ਕਿਸੇ ਦਾ ਝਗੜਾ ਹੋਇਆ ਜਾਂ ਕੋਈ ਵੀ ਗੱਲਬਾਤ ਹੋਈ ਹੈ ਕਿਸ ਨਾਲ ਪਕਾਉਂਗੇ ਨਹੀਂ ਇਹਦੇ ਚ ਮੇਰੀ ਕੋਈ ਗਲਤੀ ਨਹੀਂ ਔਰ ਕਈ ਵਾਰ ਅਸੀਂ ਕਹਾਂਗੇ ਅਸੀਂ ਤਾਂ ਪਰਮੇਸ਼ਰ ਦੇ ਗਏ ਮੰਨਦੇ ਹਾਂ ਔਰ ਕਈ ਵਾਰ ਅਸੀਂ ਮੰਨਦੇ ਵੀ ਹਾਂ ਪਰਮੇਸ਼ਰ ਮੇਤੋ ਜੋ ਭੁੱਲਾ ਚੁੱਕਾ ਹੁਈਆਂ ਗਲਤੀ ਗੁਨਾਹ ਹੋਏ ਤੋ ਪ੍ਰਭੂ ਜੀ ਮੈਨੂੰ ਮਾਫ ਕਰ ਮੈਨੂੰ ਸ਼ਮਾ ਕਰ ਮੇਰੇ ਤੇ ਦਇਆ ਕਰ ਪਰ ਇਸ ਯਾਕੂਬ ਦੀ ਪਤਰੀ ਤੋ ਅਸੀਂ ਪੜਿਆ ਤੁਸੀਂ ਇੱਕ ਦੂਜੇ ਦੇ ਅੱਗੇ ਸੋ ਇੱਕ ਦੂਜੇ ਦੇ ਅੱਗੇ ਜਾ ਕੇ ਅਸੀਂ ਆਪਣੇ ਪਾਪਨ ਮੰਨ ਜੇਕਰ ਅਸੀਂ ਪਰਮੇਸ਼ਰ ਦੇਗੇ ਮੰਨੀ ਜਾਈਏ ਉਹ ਚੰਗੀ ਗੱਲ ਨਹੀਂ ਹੈ ਕਿਉਂਕਿ ਜੇਕਰ ਮੱਤੀ ਦੀ ਇੰਜਿਲ ਦੀ ਉੱਚੀ ਪੜ੍ਹਦੇ ਅਸੀਂ 5 ਅਧਿਆਏ ਦੇ ਚੌਥੇ ਲਿਖਿਆ ਕਹਿੰਦਾ ਜਾ ਜਾ ਕੇ ਪਹਿਲਾ ਆਪਣੀ ਆਪਣੇ ਭਾਈ ਨਾਲ ਮੇਲ ਮਲਾਪ ਕਰ ਫਿਰ ਆ ਕੇ ਪ੍ਰੇਟ ਚੜਾ ਔਰ ਪਹਿਲਾ ਜਿਹੜੀ ਗੱਲ ਦੇ ਕਾਰਨ ਸਾਡਾ ਮੇਲ ਮਲਾਪ ਉਖੜਿਆ ਹੋਇਆ ਹੈ ਜਿਦੇ ਕਾਰਨ ਸਾਡੀਆਂ ਪ੍ਰਾਰਥਨਾਵਾਂ ਰੁਕ ਜਾਂਦੀਆਂ ਨੇ ਜਿਦੇ ਕਰਕੇ ਅਸੀਂ ਇੱਕ ਦੂਜੇ ਨੂੰ ਮਿਲ ਨਹੀਂ ਪਾਉਂਦੇ ਜੇ ਅਗਰ ਸਾਡੇ ਅੰਦਰ ਕੜਾਹਤ ਰਹਿੰਦੀ ਹੈ ਕੜਵਾਟ ਰਹਿੰਦੀ ਹੈ ਜਾਂ ਸਾਡੇ ਅੰਦਰ ਈਰਖਾ ਰਹਿੰਦੀ ਹੈ ਜਾਂ 질ਸੀ ਰਹਿੰਦੀ ਹੈ ਉਹਦੇ ਕਰਕੇ ਸਾਡੀ ਪ੍ਰਾਰਥਨਾਵਾਂ ਰੁਕ ਜਾਂਦੀਆਂ ਨੇ ਇੱਕ ਦੂਜੇ ਦੇ ਪ੍ਰਤੀ ਆਂ ਕਈ ਵਾਰ ਅਸੀਂ ਇਹ ਮੰਨਣਾ ਜ਼ਰੂਰੀ ਹੈ ਕਿ ਇਸ ਤਰ੍ਹਾਂ ਕਰਦੇ ਔਰ ਬਹੁਤ ਲੋਕ ਕਰ ਦਿੱਤਾ ਹਨ ਲੇਕਿਨ ਮੰਨਦੇ ਨਹੀਂ ਸੋ ਨਾ ਮੰਨਣ ਦੇ ਕਰਕੇ ਸਾਡੇ ਕੁਝ ਸਮਿਆਂ ਦੇ ਬਾਅਦ ਪ੍ਰਾਰਥਨਾ ਵਿੱਚ ਵੱਡੀ ਰਿਕਾਊਟ ਆ ਜਾਂਦੀ ਹੈ ਫਿਰ ਪ੍ਰਾਰਥਨਾ ਨੂੰ ਮਨ ਨਹੀਂ ਕਰਦਾ ਪ੍ਰਾਰਥਨਾ ਚ ਘੰਟੇ ਬੈਠੀ ਬਿਰੀਏ ਪ੍ਰਾਰਥਨਾ ਸਾਡੀ ਹੁੰਦੀ ਨਹੀਂ ਸਾਡਾ ਮਨ ਧਿਆਨ ਇਧਰ ਉਧਰ ਘੁੰਮਦਾ ਰਹਿੰਦਾ ਹੈ ਸਾਡੇ ਵਿਚਾਰ ਬਹੁਤ ਸਾਰੇ ਉਲਝ ਜਾਂਦੇ ਨੇ ਸਾਡੇ ਸੰਦੇ ਅੰਦਰ ਕੋਈ ਇਹ ਜਿਹਾ ਸੁਝਾਅ ਨਹੀਂ ਹੁੰਦਾ ਬਹੁਤ ਵਾਰਸ ਜੋ ਅਸੀਂ ਆਪਣਾ ਲੱਭਦੇ ਰਹਿੰਦੇ ਹਾਂ ਕਾਰਨ ਹੈ ਕਿ ਅਸੀਂ ਕਿਤੇ ਨਾ ਕਿਤੇ ਕੋਈ ਕੜਤਨ ਕੋਈ ਕੜਵਾਹਟ ਇੱਕ ਦੂਸਰੇ ਦੇ ਪ੍ਰਤੀ ਈਰਖਾ ਕੀਤੀ ਹੈ। ਔਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਗੱਲਾਂ ਜਿਹੜੀਆਂ ਨੇ ਪ੍ਰਾਰਥਨਾ ਨੂੰ ਰੋਕ ਲੈਂਦੀਆਂ ਨੇ। ਪਰ ਕਈ ਵਾਰ ਅਸੀਂ ਕਹਾਂਗੇ ਅਸੀਂ ਇਹ ਤਾਂ ਮੰਨਦੇ ਆ ਪਰਮੇਸ਼ਰ ਦੇ ਅੱਗੇ। ਪਰਮੇਸ਼ਰ ਦੇ ਅੱਗੇ ਹੀ ਮੰਨਣਾ ਕਾਫੀ ਨਹੀਂ ਆ। ਕਿਉਂਕਿ ਬਾਈਬਲ ਸਾਨੂੰ ਜਿਹੜੀ ਸਿਖਾ ਰਹੀ ਹੈ ਪਰਮੇਸ਼ਰ ਦਾ ਵਚਨ ਸਾਨੂੰ ਯਾਕੂਬ ਦੀ ਪੱਤਰੀ ਉਹਦਾ 5 ਅਧਿਆਏ ਸੋਣਾ ਜਤਨ ਜ਼ਿਆਦਾ ਸੀ ਪੜਦੇ ਆ ਤਾਂ ਉਹਦੇ ਵਿੱਚ ਕੀ ਲਿਖਿਆ ਹੋਇਆ ਹੈ ਜਦ ਅਸੀਂ ਧਿਆਨ ਦੇਈਏ ਤਾਂ ਉੱਥੇ ਲਿਖਿਆ ਹੋਇਆ ਹੈ ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣੇ ਪਾਪਾਂ ਦਾ ਇਕਰਾਰ ਕਰੋ ਆਪਸ ਵਿੱਚ ਅੱਜ ਇੱਥੇ ਆ ਕੇ ਗੱਲ ਲੜ ਜਾਂਦੀ ਹੈ ਜਿੱਥੇ ਜਿਹਦੇ ਕਾਰਨ ਸਾਡੇ ਅੰਦਰ ਜਿਹਦੇ ਪ੍ਰਤੀ ਕ੍ਰਿਤਨ ਹੈ ਜਿਹਦੇ ਪ੍ਰਤੀ ਸਾਡਾ ਅੰਦਰ ਜੈਲਸੀ ਹੈ ਜਿਹਦੇ ਪ੍ਰਤੀ ਸਾਡੇ ਅੰਦਰ ਈਰਖਾ ਹੈ ਜਿਹਦੇ ਪ੍ਰਤੀ ਸਾਡੇ ਅੰਦਰ ਬਹੁਤ ਸਾਰੇ ਇਹ ਜਿਹੇ ਵਿਚਾਰ ਚੱਲਦੇ ਰਹਿੰਦੇ ਹਨ ਅਸੀਂ ਆਪਣੀ ਸ਼ਾਂਤੀ ਨੂੰ ਭੰਗ ਕਰ ਲੈਂਦੇ ਆ دوسرے ਦੀ ਬੜੌਤਰੀ ਨੂੰ ਦੇਖ ਕੇ ਦੂਸਰਾ ਅੱਛਾ ਪ੍ਰਚਾਰ ਕਰ ਰਿਹਾ ਹੈ ਦੂਸਰਾ ਅੱਛਾ ਭਜਨ गा ਰਿਹਾ ਹੈ ਦੂਸਰਾ ਅੱਛਾ ਬੋਲ ਰਿਹਾ ਹੈ ਕਈ ਵਾਰੀ ਅਸੀਂ ਉਹਨੂੰ ਦੇਖ ਕੇ ਕੁੱਟ ਦੇ ਰਹਿੰਨੇ ਹ ਉਹ ਉਹਦੇ ਕਾਰਨ ਸਾਡੀ ਪ੍ਰਾਰਥਨਾਵਾਂ ਰੁਕ ਜਾਂਦੀਆਂ ਨੇ ਸਾਨੂੰ ਸਮਾਤੇ ਧੰਨਵਾਦ ਦੇਣਾ ਚਾਹੀਦਾ ਹੈ ਉਹ ਭਾਈ ਵਧੀਆ ਪ੍ਰਚਾਰ ਕਰਦਾ ਹੈ ਉਹ ਭੈਣ ਵਧੀਆ ਗਾਉਂਦੀ ਹੈ ਉਹ ਭਾਈ ਵਧੀਆ ਗਾਉਂਦਾ ਹੈ ਔਰ ਵਧੀਆ ਪ੍ਰਚਾਰਕ ਹੈ ਉਹਦਾ ਬੋਲਣ ਦਾ ਅੱਛਾ ਤਰੀਕਾ ਹੈ ਸਾਨੂੰ ਕੁੜਨ ਦੀ ਨਹੀਂ ਬਲਕਿ ਹੋਰ ਵਧਾਉਣ ਦੀ ਔਰ ਪ੍ਰਭੂ ਦਾ ਧੰਨਵਾਦ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਪ੍ਰਭੂ ਸਾਨੂੰ ਵੀ ਆਸ਼ੀਸ਼ ਦੇਵੇ ਔਰ ਕਈ ਵਾਰ ਜੇ ਅਸੀਂ ਉਹਨੂੰ ਦੇਖ ਕੇ ਸੁਣ ਕੇ ਆਪਨੇ ਮਨ ਚੋਂ ਕੁੜੀਏ ਇਹ ਸਮਝੀਏ ਨਾ ਕਿਤਾਸੀ ਆਪਣਾ ਨੁਕਸਾਨ ਕਰ ਲੈਂਦੇ ਆਂ ਅਸਲੀ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਸਾਡੀ ਪ੍ਰਾਰਥਨਾਵਾਂ ਰੁਕਣ ਦਾ ਕਾਰਨ ਕਈ ਵਾਰ ਅਸੀਂ ਕਾਰਨ ਲੱਭਦੇਗੇ ਉਥੋਂ ਪਾਜ ਜਾਂਦੇ ਹਾਂ ਕਿਧਰ ਉਧਰ ਹੋ ਜਾਂਦੇ ਹਾਂ ਬਹੁਤ ਸਾਰੇ ਉਹ ਹੋੜਾਂ ਤੇ ਬਲੀਵ ਕਰਦੇ ਹਾਂ ਲੇਕਿਨ ਕਾਰਨ ਕੀ ਆ ਯਾਕੂਬ ਦੱਸ ਰਿਹਾ ਹੈ ਇਹਦਾ ਕਾਰਨ ਕੀ ਆ ਅੱਲਾ ਸਿ ਕੀ ਕਰੀਏ ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣੇ ਆ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾ ਜੋ ਤੁਸੀਂ ਚੰਗੇ ਹੋ ਜਾਓ ਧਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਹੈ ਧਰਮੀ ਉਹੀ ਹੈ ਜਿਹੜਾ ਆਪਣੇ ਆਪਣੇ ਪਾਪਾਂ ਨੂੰ ਮੰਨ ਲਿੰਦਾ ਪੰਕੇ ਛੱਡ ਦਿੰਦਾ ਤਾਂ ਉਹ ਉਹ ਧਰਮੀ ਕੋ ਆਇ ਜਾਂਦਾ ਜਿਹੜਾ ਆਪਣੀ ਗਲਤੀ ਨੂੰ ਮੰਨਦਾ ਜਿਹੜਾ ਆਪਣੀ ਗਲਤੀ ਨੂੰ ਨਹੀਂ ਮੰਨਦਾ ਆਪਣੇ ਵੱਲ ਨਹੀਂ ਦੇਖਦਾ ਆਪਣੀਆਂ ਗਲਤੀਆਂ ਨੂੰ ਨਹੀਂ ਲੱਭਦਾ ਉਹ ਬੰਦਾ ਧਰਮੀ ਨਹੀਂ ਉਹ ਇੱਕ ਪਾਪ ਹੈ ਜੇਕਰ ਕਿਸਦੇ ਪ੍ਰਤੀ ਵੀ ਅਸੀਂ ਈਰਖਾ ਰੱਖੀਏ ਕਟੱਨ ਰੱਖੀਏ ਜਾਂ ਜੈਲਸੀ ਰੱਖੀਏ ਹਾਂ ਤਾਂ ਅਸੀਂ ਜੇਕਰ ਇਹ ਸਾਡੇ ਅੰਦਰ ਹੈ ਤਾਂ ਅਸੀਂ ਧਰਮੀ ਨਹੀਂ ਹੈ ਧਰਮੀ ਜਨ ਦੀ ਪ੍ਰਾਰਥਨਾ ਦੇ ਪ੍ਰਭਾਵ ਤੋਂ ਬਹੁਤ ਕੁਝ ਸੁਚਕਦਾ ਧਰਮੀ ਉਹੀ ਹੈ ਜਿਹੜਾ ਇਹਨਾਂ ਚੀਜ਼ਾਂ ਤੋਂ ਬਾਹਰ ਆ ਜਾਂਦਾ ਹੈ ਜੇਕਰ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਅੱਜ ਵੀ ਚੱਲ ਰਹੇ ਹਾਂ ਤਾਂ ਅਸੀਂ ਧਰਮੀ ਨਹੀਂ ਇਸ ਲਈ ਇੱਕ ਕਾਰਨ ਇਹ ਹੈ ਕਿ ਸਾਡੇ ਪਾਪਾਂ ਦੇ ਕਾਰਨ ਆਪ ਪਾਪ ਨਹੀਂ ਛੋਟੇ ਛੋਟੇ ਔਰ ਜੇਕਰ ਅਸੀਂ ਦੇਖਦੇ ਹਾਂ ਇਹੇ ਕਾਰਨਾਂ ਤੇ ਦੂਸਰਾ ਕਾਰਨ ਇੱਕ ਹੋਰ ਹੈ ਜੀ ਦੇ ਕਰਕੇ ਸਾਡੀ ਪ੍ਰਾਰਥਨਾ ਰੁਕ ਜਾਂਦੀ ਹੈ ਜੇਕਰ ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਦੇਖਾਂਗੇ ਉਹ ਦੂਸਰੇ ਕਾਰਨ ਨੂੰ ਮਲਾਕੀ ਦੀ ਪੁਸਤਕ ਮਲਾਕੀ ਦੀ ਪੁਸਤਕ ਨੂੰ ਦੇਖਾਂਗੇ ਤਾਂ ਉਹਦੇ ਵਿੱਚ ਲਿਖਿਆ ਹੋਇਆ ਹੈ ਸੋ ਉਸਨੇ ਕੀ ਆਖਿਆ ਤੈਨਾਂ ਦੇ ਆਏ ਦੇ ਵਿੱਚ ਮੈਂ ਤੁਹਾਡੇ ਲਈ 10 10 ਐਤੋਂ ਪੜਾਂਗਾ ਸਾਰੇ ਦਸਵੰਦ ਮੇਰੇ ਮੋਦੀ ਖਾਨੇ ਵਿੱਚ ਲਿਆਓ ਤਾਂ ਜੋ ਮੇਰੇ ਪਵਨ ਵਿੱਚ ਭੋਜਨ ਹੋਵੇ ਅਤੇ ਉਸ ਨਾਲ ਮੈਨੂੰ ਜਹਰਾ ਪਰਖੋ ਸੈਨਾ ਦਾ ਯਹਵਾ ਆਖਦਾ ਹੈ ਕਿ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ ਤਾਂ ਕਿ ਤੁਹਾਡੇ ਲਈ ਬਰਕਤ ਬਰਾਵਾਂ ਇਥੋਂ ਤੱਕ ਕਿ ਉਹਦੇ ਲਈ ਥਾਂ ਨਾ ਹੋਵੇਗੀ ਮੈਂ ਤੁਹਾਡੇ ਲਈ ਤੁਹਾਡੇ ਤੁਹਾਡੇ ਖਾਣ ਵਾਲੇ ਨੂੰ ਝੜਕਾਂਗਾ ਕਿਉਂ ਉਹ ਤੁਹਾਡੀ ਜ਼ਮੀਨ ਦੇ ਫਲਾਂ ਨੂੰ ਨਾਸ਼ ਕਰ ਨਾ ਕਰੇ ਅਤੇ ਤੁਹਾਡੇ ਅੰਗੂਰੀ ਪੈ ਲੈਣਾਂ ਸਮੇਂ ਤੋਂ ਪਹਿਲਾਂ ਫਲ ਨਾ ਡਿੱਗਣ ਸੈਨਾ ਦੇ ਯਹੋਵਾ ਦਾ ਇਹ ਵਾਕ ਹੈ ਤਾਂ ਸਾਰੀ ਕੌਮਾਂ ਤੁਹਾਨੂੰ ਧਨ ਆਖਣ ਗਿਆ ਸੋ ਤੁਸੀਂ ਖੁਸ਼ੀ ਦਾ ਦੇਸ਼ ਵੇਖੋਗੇ ਸੈਨਾ ਦੇ ਯਹੋਵਾ ਦਾ ਇਹ ਵਾਕ ਹੈ ਔਰ ਜਿਆਦਾ ਸਿੱਧੀ ਉੱਪਰਲੀ ਇਤਾਂ ਵਿੱਚ ਪੜਦੇ ਆ ਲਿਖਿਆ ਹੋਇਆ ਕਿ ਕੋਈ ਆਦਮੀ ਪਰਮਿਸ਼ਨ ਨੂੰ ਠੱਗੇਗਾ ਪਰ ਤੁਸੀਂ ਮੈਨੂੰ ਠੱਗਦੇ ਹੋ ਅਤੇ ਤੁਸੀਂ ਆਖਦੇ ਹੋ ਕਿੜੀਆਂ ਗੱਲਾਂ ਵਿੱਚ ਅਸੀਂ ਤੁਹਾਨੂੰ ਠੱਗ ਲਿਆ ਦਸਵੰਦਾ ਤੇ ਭੇਟਾਂ ਵਿੱਚ ਤੁਸੀਂ ਸਰਾਫੀਆਂ ਦੇ ਸਰਾਫੀ ਹੋ ਤੁਸੀਂ ਮੈਨੂੰ ਠੱਗਦੇ ਹੋ ਸਗੋਂ ਸਾਰੀਆਂ ਕੌਮਾਂ ਵੀ ਅਜਿਹਾ ਹੀ ਕਰਦੀਆਂ ਹਨ ਸੋ ਇਹਦੇ ਕਰਕੇ ਵੀ ਸਾਡੀਆਂ ਆਸ਼ਿਸ਼ਾਂ ਰੁਕ ਜਾਂਦੀਆਂ ਨੇ ਪ੍ਰਾਰਥਨਾਵਾਂ ਆਪਾਂ ਆਪ ਆਸ਼ੀਸ਼ਾਂ ਲਈ ਪ੍ਰਾਰਥਨਾਵਾਂ ਕਰਦੇ ਰਹਿੰਦੇ ਨੇ ਪਰ ਸਾਡੀ ਪ੍ਰਾਰਥਨਾਵਾਂ ਰੁਕ ਜਾਂਦੀਆਂ ਕਿਉਂਕਿ ਅਸੀਂ ਆਹ ਗੱਲ ਨੂੰ ਕਿਤਨਾ ਕਿਤੇ ਪਰਮੇਸ਼ਰ ਦੇ ਅੱਗੇ ਕਿਹਾ ਹੁੰਦਾ ਕਿ ਪ੍ਰਭੂ ਮੈਂ ਤੇਰੀ ਹਜ਼ੂਰੀ ਵਿੱਚ ਇਮਾਨਦਾਰ ਰ੍ਹਾਂਗਾ ਜੋ ਤੇਰਾ ਹੈ ਤੈਨੂੰ ਦਵਾਂਗਾ ਪਰ ਉਹ ਗੱਲ ਤੋਂ ਅਸੀਂ ਕਈ ਵਾਰ ਮੁਕਰੇ ਹੋਏ ਹੁੰਦੇ ਮੁਕਰ ਜਾਂਦੇ ਹਾਂ ਜਿਸ ਦੀ ਵਜ੍ਹਾ ਕਰਕੇ ਉਹ ਸਾਡਾ ਰੁਕ ਜਾਂਦਾ ਹੈ ਦੇਣਾ ਕਿ ਤਾਂ ਕਰਕੇ ਕਈ ਸਾਡੇ ਘਰ ਦੇ ਵਿੱਚ ਕਟੇ ਆ ਜਾਂਦੀ ਏ ਕਰਜ਼ਾ ਆ ਜਾਂਦਾ ਟੋਟਾ ਆ ਜਾਂਦਾ ਬਹੁਤ ਸਾਰੀ ਕਮੀਆਂ ਆ ਜਾਂਦੀਆਂ ਘਾਟਾਂ ਆ ਜਾਂਦੀਆਂ ਨੇ ਜਿਹਦੇ ਕਰਕੇ ਫਿਰ ਅਸੀਂ ਬੜੇ ਪਰੇਸ਼ਾਨੇ ਵਿੱਚ ਰਹਿਣ ਲੱਗ ਜਾਂਦੇ ਆ ਘਰ ਵਿੱਚ ਬਰਕਤ ਨਹੀਂ ਰਹਿੰਦੀ ਕਈ ਚੀਜ਼ਾਂ ਦੀ ਘਾਟ ਆ ਜਾਂਦੀ ਹੈ ਕਈ ਵਾਰ ਅਸੀਂ ਪਰਮੇਸ਼ਰ ਦੇ ਨਾਲ ਇਸ ਗੱਲ ਦਾ ਵਾਅਦਾ ਕਰਦੇ ਆ ਕਿ ਪਰਮੇਸ਼ਰ ਮੈਂ ਤੇਰਾ ਦਸਵੰਦ ਤੈਨੂੰ ਦਵਾਂਗਾ ਪਰੰਤੂ ਉਹ ਨੁਦੀ ਨਹੀਂ ਪਹੁੰਦੇ ਇਸ ਕਰਕੇ ਇਹ ਤੇ ਬਚਨ ਸੰਤਤਾ ਤੁਸੀਂ ਸਰਾਫੀਆਂ ਦੇ ਸਰਾਫੀ ਹੋ ਬਹੁਤ ਕਦਰ ਤੁਸੀਂ ਮੈਨੂੰ ਠੱਗਦੇ ਹੋ ਸਗੋਂ ਸਾਰੇ ਕੌਮਾਂ ਵੀ ਅਜਿਹੀ ਕਰਦਿਆਂ ਨੇ ਸਾਰੇ ਇਹ ਇਸ ਤਰ੍ਹਾਂ ਕਰਦੇ ਆ ਆਪਾਂ ਸਾਰੇ ਇਸ ਕੈਟਾਗਰੀ ਵਿੱਚ ਆ ਜਾਂਦੇ ਹਾਂ ਔਰ ਇਹ ਸਾਡੇ ਸਭ ਦੇ ਨਾਲ ਇਹ ਗੱਲਾਂ ਹੁੰਦੀਆਂ ਫਿਰ ਅਸੀਂ ਕਈ ਵਾਰ ਕਹਿੰਦੇ ਸਾਡੀ ਘਾਟ ਕਿਉਂ ਨਹੀਂ ਸੀ ਤਾਂ ਇਹ ਸਾਡੇ ਜੀਮ ਚੋਂ ਘਾਟ ਕਿਉਂ ਹੈ ਪਰੰਤੂ ਜੇਕਰ ਇਸ ਬਚਨ ਨੂੰ ਅਸੀਂ ਮੰਨ ਲਈਏ ਔਰ ਇਸ ਹਦਾਇਤ ਦੇ ਮੁਤਾਬਕ ਕਰਨਾ ਸ਼ੁਰੂ ਕਰ ਦਈਏ ਤਾਂ ਜਿਹੜੇ ਸਾਡੀਆਂ तमाम ਆਸ਼ੀਸ਼ਾਂ ਨੇ ਉਹ ਬਰਕਤਾਂ ਵਿੱਚ ਬਦਲ ਜਾਣਗੇ ਲਿਖਿਆ ਸਾਰੇ ਦਸਵੰਦ ਮੇਰੀ ਮੋਦੀ ਖਾਨ ਨੇ ਵਿੱਚ ਲਿਆਓ ਤਾਂ ਜੋ ਮੇਰੇ ਪਵਨ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜਰਾ ਪਰਖੋ ਪੂਰੀ ਬਾਈਬਲ ਵਿੱਚ ਕਿਤੇ ਵੀ ਪਰਖਣ ਵਾਸਤੇ ਨਹੀਂ ਲਿਖਿਆ ਆ ਲੇਕਿਨ ਇਸ वचन ਦੇ ਵਿੱਚ ਪ੍ਰਭੂ ਨੇ ਆਪਣੇ ਲੋਕਾਂ ਨੂੰ ਆਖਿਆ ਕਿ ਮੈਨੂੰ ਪਰਖੋ ਅੱਜ ਐਸ ਏਰੀਆ ਵਿੱਚ ਬਹੁਤ ਸਾਰੇ ਲੋਕ ਅਸੀਂ ਬੈਕ ਔਰ ਇਹ ਸ਼ਿਕਾਇਤਾਂ ਸਾਡੀਆਂ ਹੁੰਦੀਆਂ ਪ੍ਰਭੂ ਦੇ ਅੱਗੇ ਸਾਡੀ ਪ੍ਰਾਰਥਨਾ ਸਾਨੂੰ ਬਰਕਤ ਨਹੀਂ ਮਿਲੀ ਸਾਨੂੰ ਜਗ੍ਹਾ ਨਹੀਂ ਮਿਲੀ ਸਾਡਾ ਕੰਮ ਨਹੀਂ ਬਣਿਆ ਸਾਡਾ ਕੰਮ ਬਣਦਾ ਬਣਦਾ ਵਿਗੜ ਗਿਆ ਸਾਡਾ ਕਾਰੋਬਾਰ 'ਚ ਬਰਕਤ ਨਹੀਂ ਸਾਡੇ ਬੱਚਿਆਂ ਦੀ ਕਮਾਈ ਸਹੀ ਨਹੀਂ ਆ ਜੇਕਰ ਐਸ ਏਰੀਆ ਨੂੰ ਆਪਾਂ ਆਪਣੇ ਜੀਵਨ 'ਚ ਠੀਕ ਕਰ ਲਈਏ ਅਪਾ ਕੇਵਰ ਕੇਂਦਰ ਨੇ ਸਾਰੇ ਕੰਮ ਪ੍ਰਾਰਥਨਾ ਨਾਲ ਹੀ ਹੁੰਦੇ ਆ ਪ੍ਰਾਰਥਨਾ ਨਾਲ ਨਹੀਂ ਹੁੰਦੇ ਆਪਣੀਆਂ ਗਲਤੀਆਂ ਸੁਧਾਰਨ ਦੇ ਨਾਲ ਜ਼ਿਆਦਾਤਰ ਕਰਕੇ ਹੁੰਦੇ ਨੇ ਔਰ ਬਹੁਤ ਲੋਕ ਤਾਂ ਸਿਰਫ ਪ੍ਰਾਰਥਨਾ ਕਰਵਾਉਣ ਤੇ ਚਮਤਕਾਰ ਦੇਖਣ ਤੇ ਹੀ ਵਿਸ਼ਵਾਸ ਕਰਦੇ ਨੇ ਲੇਕਿਨ ਮੈਂ ਇਸ ਗੱਲ ਤੇ ਵਿਸ਼ਵਾਸ ਕਰਦਾ ਜੋ ਬਾਈਬਲ ਦੇ ਵਿੱਚ ਲਿਖਿਆ ਜੇਕਰ ਆਪਾਂ ਕਿਸੇ ਏਰੀਆ ਵਿੱਚ ਅਕਮਜੂਰ ਆਂ ਬੀ ਕਾਂ ਆ ਜਾਂ ਅਸੀਂ ਗਲਤਾਂ ਜਾਂ ਪਾਪੀ ਆ ਗੁਨਾਹਗਾਰ ਆ ਆਪਾਂ ਉਸ ਨੂੰ ਮੰਨੀ ਅਤੇ ਉਸ ਗਲਤੀ ਨੂੰ ਛੱਡੀਏ ਤਾਂ ਜਾ ਕੇ ਸਾਡੇ ਉਹ ਕੰਮ ਬਣਦੇ ਨੇ ਤੇ ਉਹ ਆਸ਼ੀਸ਼ਾਂ ਸਾਨੂੰ ਮਿਲਦੀਆਂ ਜੀ ਅਗਰ ਆਪਾਂ ਮਤਲਬ ਸਿਰਫ ਇਹ ਗੇ ਗੇ ਪ੍ਰਾਰਥਨਾ ਦੁਆਰਾ ਚਮਤਕਾਰ ਹੁੰਦੇ ਨੇ ਹੁਣ ਇਹ ਗਲਤੀਆਂ ਅਸੀਂ ਕੀਤੀਆਂ ਸ਼ਾਇਦ ਜਿਹੜੇ ਸੇਵਕ ਕੋਲੇ ਸੀਗੇ ਉਹ ਸ਼ਾਇਦ ਨਹੀਂ ਜਾਣਦੇ ਪਰ ਆਪਾਂ ਤਾਂ ਜਾਣਦੇ ਆ ਸਾਡਾ ਮਨ ਅੰਦਰੋਂ ਜਾਣਦਾ ਹੈ ਨਾ ਕੀਦੇ ਨਾਲ ਅਸੀਂ ਝਗੜਾ ਕੀਤਾ ਕਿ ਇਹਨੂੰ ਅਸੀਂ ਬੁਰਾ ਭਲਾ ਬੋਲਿਆ ਕਿਦੇ ਬਾਰੇ ਅਸੀਂ ਕੜਤਨ ਰੱਖੀਆ ਕਿਦੇ ਬਾਰੇ ਅਸੀਂ ਬੁਰਾ ਸੋਚਿਆ ਅਸੀਂ ਆਪ ਜਾਣਦੇ ਹਾਂ ਉਹ ਤਾਂ ਦੁਆ ਕਰ ਦੇਗਾ ਦੁਆ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੋਏਗਾ ਜਦ ਤੱਕ ਤੁਸੀਂ ਉਸ ਗਲਤੀ ਨੂੰ ਨਾ ਸੁਧਾਰੋਗੇ ਅੱਜ ਇਸ ਮਾਮਲੇ ਵਿੱਚ ਬਹੁਤ ਲੋਗ ਬੈਕਸਨ ਪਿੱਛੇ ਹਨ ਅਸੀਂ ਆਪਣੀ ਗਲਤੀ ਨੂੰ ਸੁਧਾਰਨਾ ਨਹੀਂ ਚਾਹੁੰਦੇ ਗਲਤੀ ਉੱਤੇ ਗਲਤੀ ਕਰਦੇ ਰਹਿੰਦੇ ਆਂ ਪਰਮੇਸ਼ਰ ਤੇ ਦੋਸ਼ ਲਾਉਣ ਵਾਲੇ ਬਣ ਜਾਂਦੇ ਹਨ ਪਰਮੇਸ਼ਰ ਦੀਆਂ ਜਿਹੜੀ ਵਿਧੀਆਂ ਨਿਯਮ ਕਾਨੂੰਨ ਸਾਨੂੰ ਸਾਡੀ ਆਸ਼ੀਸ਼ਾਂ ਵੱਲ ਸਾਡੀ ਬਰਕਤਾਂ ਵੱਲ ਲੈ ਕੇ ਜਾਂਦੇ ਨੇ ਜਦ ਇਸ ਬਚਨ ਦੇ ਵਿੱਚ ਉਸਨੇ ਲਿਖਿਆ ਪਰਖੋ ਪਰਖਣ ਵਾਸਤੇ ਲਿਖਿਆ ਕਿ ਮੈਨੂੰ ਪਰਖੋ ਮੇਰੇ ਪਰਮੇਸ਼ਰ ਦੇ ਪਿਆਰਿਓ ਅਸੀਂ ਦੇਖੀਏ ਧਿਆਨ ਦੇ ਨਾਲ ਕਿ ਜੇਕਰ ਅਸੀਂ ਇਸ ਵਚਨ ਨੂੰ ਮੰਨ ਲਈਏ ਫਿਰ ਚਾਹੇ ਸਾਨੂੰ ਕੋਈ ਪ੍ਰਾਰਥਨਾ ਕਰਾਉਣ ਦੀ ਲੋੜ ਨਹੀਂ ਪੈਗੀ ਅਸੀਂ ਇਸ ਨੂੰ ਦੇਣਾ ਸ਼ੁਰੂ ਕਰੀਏ ਇਸ ਦੇ ਮੁਤਾਬਕ ਚੱਲਣਾ ਸ਼ੁਰੂ ਕਰੀਏ ਦੇਖੋ ਪਰਮੇਸ਼ਰ ਇੱਥੇ ਵਾਅਦਾ ਕਰਦਾ ਕਹਿੰਦਾ ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਛਿੜਕਾਂਗਾ ਜਿਹੜੇ ਤੁਹਾਡੇ ਕੁਆਮੈ ਨੂੰ ਖਾਂਦੇ ਖਾਂਦੇ ਨੇ ਬਿਮਾਰੀਆਂ ਦੁੱਖ ਰੋਗ ਜਿਹੜੇ ਆਉਂਦੇ ਨੇ ਤੰਗੀਆਂ ਮੁਸੀਬਤਾਂ ਜਿਹੜੀਆਂ ਆਉਂਦੀਆਂ ਨੇ ਕਿਨ ਪਰਮੇਸ਼ਰ ਕਹਿੰਦਾ ਮੈਂ ਉਹਨੂੰ ਛਿੜਕਾਂਗਾ ਤੁਹਾਡੀ ਜ਼ਮੀਨ ਦੇ ਫਲ ਨੂੰ ਨਾਸ਼ ਨਾ ਕਰੇ ਕੋਈ ਵੀ ਅਤੇ ਨਾ ਤੁਹਾਡੀ ਅੰਗੂਰੀ ਪੈਲੀ ਵਿੱਚ ਸਮੇਂ ਤੋਂ ਪਹਿਲਾਂ ਫਲ ਨਾ ਡਿੱਗਣਗੇ ਸੈਨਾ ਦੇ ਯਹੋਵਾ ਦਾ ਯਹੋਵਾ ਆਖਦਾ ਹੈ ਤਦ ਸਾਰੀਆਂ ਕੌਮਾਂ ਤੁਹਾਨੂੰ ਧਨ ਆਖਣਗੀਆਂ ਅਤੇ ਤੁਸੀਂ ਖੁਸ਼ੀ ਦੇ ਖੁਸ਼ੀ ਦਾ ਦੇਸ਼ ਹੋਵੋਗੇ ਸੈਨਾ ਦੇ ਯਹੋਵਾ ਦਾ ਵਾਖ ਹੈ ਸੋ ਪਿਆਰਿਓ ਦੂਸਰਾ ਕਾਰਨ ਇਹ ਹੈ ਔਰ ਤੀਸਰਾ ਕਾਰਨ ਵੀ ਅਸੀਂ ਦੇਖਦੇ ਆਂ ਕਈ ਵਾਰੀ ਅਸੀਂ ਮੰਨਤ ਮੰਗ ਲੈਂਦੇ ਆਂ ਔਰ ਉਹਨੂੰ ਪੂਰਾ ਨਹੀਂ ਕਰਦੇ ਕਈ ਵਾਰ ਸਾਡਾ ਕੰਮ ਵਿਗੜਿਆ ਹੁੰਦਾ ਹੈ ਔਰ ਉਸ ਵਿਗੜੇ ਕੰਮ ਦੇ ਕਰਕੇ ਅਸੀਂ ਪਰਮੇਸ਼ਰ ਦੀ ਹਜਲਤੀ ਜਾ ਕੇ ਪਰਮੇਸ਼ਰ ਦੇ ਸੇਵਕਾਂ ਕੋਲੇ ਜਾ ਕੇ ਕਈ ਵਾਰ ਮੰਨਤ ਮੰਗਦੇ ਆਂ ਜਾਂ ਘਰੇ ਬੈਠੇ ਮੰਗ ਲੈਣੇ ਪਰਮੇਸ਼ਰ ਮੇਰਾ ਆ ਕੰਮ ਬਣ ਜੇ ਮੈਂ ਆ ਚੜਾਵਾਂਗਾ ਜਾਂ ਆ ਕਰਾਂਗਾ ਜਾਂ ਮੈਂ ਤੇਰੇ ਜੂਰ ਵਿੱਚ ਐਨੇ ਜੋ ਵੀ ਉਹਦੇ ਕੋਲ ਭੇਟ ਵਸਤੂਆਂ ਨੇ ਉਹ ਚੜਾਵਾਗਾ ਲੇਕਿਨ ਕਈ ਵਾਰ ਅਸੀਂ ਦੇਖਿਆ ਹੋਏਗਾ ਬਹੁਤ سارے ਲੋਕ ਆਪਾਂ ਮੰਨਤ ਮੰਨ ਕੇ ਭੁੱਲ ਜਾਂਦੇ ਆ ਸੁਪਾਪ ਦੇਸ਼ਕ ਦੇ ਵਿੱਚ ਵੀ ਲਿਖਿਆ ਹੈ ਕੰਨਾ ਮੰਨ ਦਾ ਮੰਨਣਾ ਤਾਨੂੰ ਪੂਰਾ ਕਰਨਾ ਵੀ ਜ਼ਰੂਰੀ ਹੈ ਜੇ ਨਹੀਂ ਤੂੰ ਪੂਰਾ ਕਰਸਾ ਤਾਂ ਨਾ ਮੰਨ ਤਾਂ ਕੋਈ ਗੱਲ ਨਹੀਂ ਅਸੀਂ ਦੇਖੀਏ ਔਰ ਜਿਗਰਫੀ ਸਾਡੀ ਮੰਨਤ ਰਹਿੰਦੀ ਆ ਯਾ ਸਾਡੀ ਪੇਟ ਟਡਾਉਣ ਵਾਲੀ ਪਰਮੇਸ਼ਰ ਦੇ ਹਜ਼ੂਰ ਚ ਰਹਿੰਦੀ ਆ ਜਿਹਦੇ ਕਰਕੇ ਸਾਡੀ ਪ੍ਰਾਰਥਨਾ ਰੁਕ ਜਾਂਦੀਆਂ ਨੇ ਔਰ ਉਹ ਨੂੰ ਪਹਿਲਾਂ ਜਾ ਕੇ ਆਪਾਂ ਤਿਆਰ ਕਰੀਏ ਦੇਈਏ ਤਾਂ ਸਾਨੂੰ ਆਸ਼ੀਸ਼ ਮਿਲੇਗੀ ਤਾਂ ਸਾਡਾ ਮੇਲ ਮਲਾਪ ਹੋਏਗਾ 25 ਅਸੀਂ ਮਤੀ ਦਿਨ ਜਿਲ ਪੰਜ ਦੇ ਆਏ ਉਹਦੀ 24 ਤੋਂ ਪੜੀ ਤਾਂ ਲਿਖਿਆ ਹੋਇਆ ਹੈ ਤਾਂ ਇੱਥੇ ਆਪਣੀ ਪੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚਲਾ ਜਾ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਮਿਲਾਬ ਕਰ ਫਿਰ ਆ ਕੇ ਆਪਣੀ ਪੇਟ ਚੜਾ ਸੌਰੀ ਸੋ ਅਸੀਂ ਦੇਖਦੇ ਹਾਂ ਜੇ ਸਾਡਾ ਮੇਲ ਮਲਾਪ ਨਹੀਂ ਕਰਤਣ ਦੇ ਕਰਕੇ ਅਸੀਂ ਭੇਟ ਵੀ ਲੈ ਕੇ ਜਾਂਦੇ ਹਾਂ ਚੜਾਉਂਦੇ ਵੀ ਆ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਕੇ ਲੇਕਿਨ ਫਿਰ ਉਹ ਸਾਡੀ ਭੇਟ ਸਵੀਕਾਰ ਨਹੀਂ ਹੋਗੀ ਪਹਿਲਾਂ ਜਾ ਕੇ ਸਾਨੂੰ ਮੇਲ ਮਲਾਪ ਕਰਾਉਣਾ ਬਲਕਿ ਬਹੁਤ ਸਾਰੀ ਭੇਟਾਂ ਨੂੰ ਸੀ ਲੈ ਕੇ ਜਾਂਦੇ ਆ ਪਰ ਕਈ ਵਾਰ ਮੈਂ ਤੀਸਰੀ ਗੱਲ ਗੱਲ ਦੇ ਵਿੱਚ ਗੱਲ ਕਰ ਰਹੇ ਆ ਕਿ ਆ ਮਨਤ ਮੰਨ ਕੇ ਅਸੀਂ ਕਈ ਵਾਰ ਉਸ ਨੂੰ ਭੁੱਲ ਜਾਂਦੇ ਹਾਂ ਜੇਕਰ ਅਸੀਂ ਕਿਤੇ ਮੰਨਤ ਮੰਨੀ ਹੈ ਪਰਮੇਸ਼ਰ ਦੇ ਹਜੂਰ ਵਿੱਚ ਤਾਂ ਪਰਮੇਸ਼ਰ ਦੇ ਪਿਆਰੋ ਚੇਤੇ ਕਰਕੇ ਉਸ ਨੂੰ ਜਾ ਕੇ ਚੜਾਈ ਚੜਾਉਣ ਤੋਂ ਪਹਿਲਾਂ ਇੱਥੇ ਜਿਵੇਂ ਮੱਤੀ ਦੀ ਅੰਜੀਲ ਵਿੱਚ ਪੜਿਆ ਜੇਕਰ ਅਸੀਂ ਉਹ ਵੀ ਚੜਾ ਦਿੰਦੇ ਹਾਂ ਫਿਰ ਵੀ ਸਾਡੀ ਸੁਣੀ ਨਹੀਂ ਜਾਂਦੀ ਤਾਂ ਇਹਦਾ ਭਾਵ ਆ ਅਸੀਂ ਕਿਤਨੇ ਕਿਤੇ ਕਿਸੇ ਦੇ ਵਾਰ ਰਿਕੜਤਨ ਸੁਵਧ ਰੱਖੇ ਨੇ ਜਾਂ ਬੋਲੇ ਨੇ ਜੀ ਦੇ ਕਰਕੇ ਸਾਡੀ ਪ੍ਰਾਰਥਨਾ ਰੁਕ ਜਾਂਦੀਆਂ ਨੇ ਔਰ ਪ੍ਰਾਰਥਨਾ ਵਿੱਚ ਲਗਾਤਾਰ ਉਥੇ ਆਪ ਲਿਖਿਆ ਉਹ ਲਗਾਤਾਰ ਲੋਲਿੰ ਰਹੇ ਲੋਲ ਲਗਾ ਕੇ ਪ੍ਰਾਰਥਨਾ ਕਰਦੇ ਜਿਸ ਤਰ੍ਹਾਂ ਪਤਰਸ ਜੇਲ ਵਿੱਚ ਸੀ ਕਲੀਸੀਆ ਲੋਲ ਲਗਾ ਕੇ ਪ੍ਰਾਰਥਨਾ ਕਰਦ ਰਿਓ ਨੂੰ ਜੇਲ ਦੇ ਵਿੱਚੋਂ ਛੁਡਾਲ ਲਿਆ ਗਿਆ ਸੋ ਪਿਆਰਿਓ ਜੇ ਅਸੀਂ ਲਗਾਤਾਰ ਪ੍ਰਾਰਥਨਾ ਵਿੱਚ ਲੋਲਿੰ ਰਹਿੰਦੇ ਹਾਂ ਔਰ ਔਰ ਲੋਲਿੰ ਇਥੇ ਤੱਕ ਕਿ ਜਦ ਵਚਨ ਵਿੱਚ ਬਣੇ ਰਹਿੰਦੇ ਆ ਔਰ ਜਿਹੜੇ ਤਿੰਨੇ ਚਾਰੇ ਗੱਲਾਂ ਦੇ ਵਿੱਚ ਅਸੀਂ ਬਣੇ ਰਹਿੰਦੇ ਆ ਸਿੱਖਣ ਦੇ ਵਿੱਚ ਸੰਗਤੀ ਵਿੱਚ ਰੋਟੀ ਤੋੜਨ ਵਿੱਚ ਭਾਈਚਾਰੇ ਵਿੱਚ ਜਾਣੀ ਪ੍ਰੇਮ ਵਿੱਚ ਬਣੇ ਰਹਿਣੇ ਆ ਤਾਂ ਸਾਡੀ ਪ੍ਰਾਰਥਨਾਵਾਂ ਫਿਰ ਰੁਕਦੀਆਂ ਨਹੀਂ ਬਲਕਿ ਪ੍ਰਾਰਥਨਾਵਾਂ ਉੱਤਰ ਲੈ ਕੇ ਆਉਂਦੀਆਂ ਪ੍ਰਾਰਥਨਾਵਾਂ ਕਲੀਸਿਆ ਨੂੰ ਵਧਾਉਂਦੀਆਂ ਪ੍ਰਾਰਥਨਾਵਾਂ ਬਰਕਤ ਨੂੰ ਪੈਦਾ ਕਰਦੀਆਂ ਪ੍ਰਾਰਥਨਾਵਾਂ ਸਾਡੂੰ ਆਸ਼ੀਸ਼ ਦਿੰਦੀਆਂ ਪ੍ਰਾਰਥਨਾਵਾਂ ਹੋਰਾਂ ਨੂੰ ਚੰਗਿਆਈ ਛੁਟਕਾਰਾ ਦਿੰਦੀਆਂ ਹallelujah ਔਰ ਇਹ ਕਲੀਸਿਆ ਦਿਨ ਪ੍ਰਤੀ ਦਿਨ ਅਸਲੀ ਭਾਦੀ ਚੱਲੇਗੀ ਕਿ ਉਹ ਲੋਕ ਇੱਕ ਦੂਸਰੇ ਦੇ ਨਾਲ ਇਕ ਮਨ ਇਕਜੁੱਟ ਹੋ ਕੇ ਲੱਗੇ ਰਹਿੰਦੇ ਸੀ ਪਰਮੇਸ਼ਰ ਦੇ ਵਿੱਚ ਸਿੱਖਦੇ ਸੀਗੇ ਪਰਮੇਸ਼ਰ ਦੇ ਸੇਵਕਾਂ ਤੋਂ ਸੰਗਤ ਵਿੱਚ ਬਣੇ ਰਹਿੰਦੇ ਸੀ ਰੋਟੀ ਤੋੜਦੇ ਸੀ ਤੇ ਪ੍ਰਾਰਥਨਾ ਵਿੱਚ ਲੋਲਿੰਨ ਦਿੰਦੇ ਸੀਗੇ ਸੋ ਉਹ ਕੋਈ ਵੀ ਆਪਣੀ ਚੀਜ਼ ਨੂੰ ਆਪਣੀ ਨਹੀਂ ਆਖਦੇ ਸੀ ਬਲਕਿ ਜਿਹਦਾ ਲੋੜ ਹੁੰਦੀ ਸੁਣਨੋਂ ਵੰਡ ਕੇ ਆਪਣੀ ਜਮੀਨਾਂ ਵੀ ਆਪਣੀ ਵੰਡ ਕੇ ਸੇਵਕਾਂ ਦੇ ਚਰਨਾਂ 'ਚ ਰੱਖ ਦਿੰਦੇ ਸੀਗੇ ਜੇ ਅਸੀਂ ਰੂਹਤਾਂ ਦੇ ਕਰਤੱਵ ਨੂੰ ਪੜੀਏ ਤਾਂ ਪਹਿਲੇ ਕਲੀਸਿਆ ਦੀ ਵਧਨ ਦਾ ਮੂਲ ਕਾਰਨ ਇਹ ਸੀ ਸੋ ਕਿੰਨਾ ਕਰਕੇ ਅਪਰਾਧਾਂ ਵਿੱਚ ਰੁਕ ਜਾਂਦੀਆਂ ਨੇ ਬਹੁਤ ਸਾਰੀਆਂ ਗੱਲਾਂ ਸਾਡੀਆਂ ਅੱਜ ਸਿੱਖਣ ਨੂੰ ਮਿਲੀਆਂ ਕਿ ਹਾਂ ਜ਼ਰੂਰ ਇਹ ਗੱਲਾਂ ਨੂੰ ਅਸੀਂ ਸੁਧਾਰੀਏ ਔਰ ਤਾਂ ਜੋ ਆ ਭਾਈਚਾਰੇ ਦੇ ਪ੍ਰੇਮ ਵਿੱਚ ਬਣੇ ਰਹੀਏ ਸੰਗਤੀ ਵਿੱਚ ਬਣੇ ਰਹੀਏ ਇਕਤਾ ਵਿੱਚ ਬਣੇ ਰਹੀਏ ਔਰ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇ ਆਈਏ ਅਸੀਂ ਪ੍ਰਾਰਥਨਾ ਵਿੱਚ ਜਾਈਏ ਪਵਿੱਤਰ ਮਹਾਨ ਪ੍ਰਭੂ ਪਰਮੇਸ਼ਰ ਹallelujah 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 ਮਹਾਨ ਪਿਤਾ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਚਰਨਾਂ ਚ ਬੇਨਤੀ ਮਿਹਨਤ ਪ੍ਰਾਰਥਨਾ ਲੈ ਕੇ ਹੁੰਦੇ ਆ ਖਾਸ ਕਰਕੇ ਪਿਆਰੇ ਪਰਮੇਸ਼ਰ ਆਸ਼ਰਾਨੀਲੇ ਔਰ ਇਹਨਾਂ ਦੇ ਜੀਵਨ ਦੇ ਲਈ ਇਹਨਾਂ ਦੇ ਕੰਮਕਾਰ ਦੇ ਲਈ ਸਿਹਤ ਲਈ ਤੰਦਰੁਸਤੀ ਮੰਗਦੇ ਆਂ ਘਰਵਾਰ ਵਿੱਚ ਬਰਕਤ ਮੰਗਦੇ ਆਂ ਤੁਹਾਡੇ ਪਵਿੱਤਰ ਹਜ਼ੂਰੀ ਵਿੱਚ ਬਣੇ ਰਹਿਣਾ ਮੰਗਦੇ ਆਂ ਪੈਨ ਬਬਲੀ ਲਈ ਪਿਆਰੇ ਪਰਮੇਸ਼ਰ ਦੁਆ ਕਰਦੇ ਇਹਨਾਂ ਤੇ ਕਿਰਪਾ ਦ੍ਰਿਸ਼ਟੀ ਕਰੇ ਆਪਣੇ ਲਹੂ ਵਚਨ ਚ ਪਾਏ ਆਪਣੇ ਮਹਿਮਾ ਲਈ ਇਸਤੇਮਾਲ ਕਰੇ ਬਲੇਸ ਯੂਸਫ ਲਈ ਵੀ ਦੁਆ ਕਰਦੇ ਆਂ ਪ੍ਰਭੂ ਇਹਨਾਂ ਤੇ ਕਿਰਪਾ ਦ੍ਰਿਸ਼ਟੀ ਕਰੇ ਤੁਹਾਡੇ ਪਾਕ ਕਲਾਮ ਪਾਕ ਲੋਚ ਚ ਜਪਾਉਂਦੇ ਆਂ ਤੁਹਾਡੇ ਪਾਕ ਨਾਮ ਦੀ ਮਹਿਮਮਤ ਜੀਵਨ ਵਿੱਚ ਮੰਗਦੇ ਆਂ ਦਰਸ਼ਨ ਸਿੰਘ ਲਈ ਪਿਆਰੇ ਪਰਮੇਸ਼ਰ ਦੁਆ ਕਰਦੇ ਆ ਕਿਰਪਾ ਕਰਦਾਇਆ ਕਰੇ ਸੇ ਤੰਦਰੁਸਤੀ ਦੇ ਬਲ ਬੁੱਧੀ ਗਿਆਨ ਸਮਸ਼ਕਤੀ ਸਾਮਰਥੀ ਆਪਣੇ ਵਿੱਚ ਦਾਇ ਆਪਣੀ ਮਹਮਾਲੇ ਇਸਤੇਮਾਲ ਕਰੇ ਜਸਵਿੰਦਰ ਕੌਰ ਲਈ ਵੀ ਦੁਆ ਕਰਦੇ ਆ ਖੁਦਾਬੰਦਾ ਕਿਰਪਾ ਕਰਦਾਇਆ ਕਰੇ ਤਰਸ ਕਰੇ ਤੁਹਾਡਾ ਹੱਥ ਨਤ ਬਣਾ ਰਹੇ ਕਮਲ ਲਈ ਪਿਆਰੇ ਪਰਮੇਸ਼ਰ ਸ਼੍ਰੀ ਸ਼ਕਤੀਮਾਨ ਤਕਜੀਤ ਕੁਲਦੀਪ ਲਈ ਪ੍ਰਭੂ ਅਸੀ ਦੁਆ ਕਰਦੇ ਆ ਪ੍ਰਭੂ ਕਿਰਪਾ ਦਇਆ ਕਰੇ ਪ੍ਰਭੂ ਤੁਹਾਡਾ پاک ਹੱਥ ਨਤ ਬਣਾ ਰਹੇ ਤੁਹਾਡੇ پاک ਨਾਮ ਨੂੰ ਮੈਂ ਮਹਮਾਲੇ ਤੁਹਾਡੇ ਲਹੂ ਵਿੱਚ ਪਾਉਂਦਾ ਤੁਹਾਡੇ ਨਾਮ ਦੀ ਮਹਮਾਤ ਚੋਂਦਿਆਂ ਕਮਲ ਤੇ ਪਿਆਰੇ ਪਰਮੇਸ਼ਰ ਤੁਹਾਡੀ ਦਾਇਰ ਦ੍ਰਿਸ਼ਟੀ ਮੰਗਤਿਆਂ ਖੁਦਾਵਾ ਪ੍ਰਭੂ ਤਾਡਾ ਲਹੂ ਬਚਨ ਇਸਰ ਬਸ਼ਕਤੀ ਮਾਨ ਮਹਾ ਪ੍ਰਤਾਪੀ ਪਰਮੇਸ਼ਰ ਅੰਦਰ ਜੀਵਨ ਚੁਕਾਰੇ ਕਰੇ ਖੁਦਾਵੰਦਾ ਤੁਹਾਡੇ ਹੱਥਾਂ ਵਿੱਚ ਸਮਰਪਣ ਕਰਦੇ ਆ ਤੁਹਾਡੇ ਪਾਕ ਨਾਮ ਦੀ ਅਜੂ ਰੂਚ ਬਣੇ ਰਹਿਣਾ ਮੰਗਦੇ ਆ ਖੁਦਾਵੰਦਾ ਟਾਡੇ ਵਿਸ਼ੇਖਦਾਸ ਲਾਲੀ ਸਿੰਘ ਲਈ ਪ੍ਰਭੂ ਪਾਸਟਰ ਜੀ ਲਈ ਦੁਆ ਕਰਦੇ ਇਹਨਾਂ ਦੇ ਪਰਿਵਾਰ ਬੱਚਿਆਂ ਲਈ ਕਲੀਸਿਆ ਲਈ ਕਲੀਸਿਆ ਦੀ ਉਨਤੀ ਮੰਗਦੇ ਆਂ ਹਰ ਖੇਤਰ ਵਿੱਚ ਜੈ ਬੰਤ ਹੋਣਾ ਮੰਗਦਾ ਪਾਸਟਰ ਅਮਨਦੀਪ ਕੌਰ ਲਈ ਇਹਨਾਂ ਦੇ ਪਰਿਵਾਰ ਲਈ ਪਿਆਰੇ ਪਰਮੇਸ਼ਰ ਸੇਵਕਾਇ ਲਈ ਦੁਆ ਕਰਦੇ ਆਂ ਖੁਦਾਵੰਦਾ ਆਪਣੀ ਸੇਵਕਾਇ ਵਿੱਚ ਬਹੁਤ ਤਾਈ ਦੇ ਨਾਲ ਇਸਤੇਮਾਲ ਕਰੋ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਪਾਸਟਰ ਲਖਵੀਰ ਲਈ ਪ੍ਰਭੂ ਇਹਨਾਂ ਦੇ ਪਰਿਵਾਰ ਬੱਚਿਆਂ ਲਈ ਔਰ ਪ੍ਰਭੂ ਸਾਰੀ ਸੇਵਾ ਲਈ ਪਿਆਰੇ ਪਰਮੇਸ਼ਰ ਅਸੀਂ ਦੁਆ ਕਰਦੇ ਆਂ ਖੁਦਾਵੰਦਾ ਕਿਰਪਾ ਕਰੋ ਆਪਣੇ ਬੰਦ ਨੂੰ ਆਪਣੀ ਸੇਵਕਾਇ ਲਈ ਹੋਰ ਵੀ ਇਸਤੇਮਾਲ ਕਰੋ ਤੁਹਾਡਾ ਹੱਥ ਨਾ ਤੇ ਬਣਿਆ ਰਵੇ ਪ੍ਰੀਤ ਕੌਰ ਲਈ ਪ੍ਰਭੂ ਅਸੀ ਦੁਆ ਕਰਦੇ ਖੁਦਾਵੰਦਾ ਤੁਹਾਡਾ ਹੱਥ ਇਹਨਾਂ ਦੇ ਬਣਿਆ ਰਵੇ ਤੁਹਾਡੀ ਕਿਰਪਾ ਦੀ ਨਿਗਾਹ ਆਪਣੇ ਰਵੇ ਪ੍ਰਭੂ ਸੇ ਤੰਦਰੁਸਤੀ ਦੇ ਘਾਟ ਕਮੀ ਕਮਜ਼ੋਰੀਆਂ ਦੂਰ ਕਰ ਆਪਣੀ ਮਹਿਮਾ ਲਈ ਇਸਤੇਮਾਲ ਕਰ ਖੁਦਾਵੰਦਾ ਰਾਜਮਸਤੀ ਲਈ ਅਸੀ ਦੁਆ ਕਰਦੇ ਖੁਦਾਵੰਦਾ ਕਿਰਪਾ ਕਰ ਰਾਜਮਸਤੀ ਪ੍ਰਭੂ ਤੁਹਾਡੀ ਦਾ ਦ੍ਰਿਸ਼ਟੀ ਮੰਗਦੇ ਆ ਤੁਹਾਡੇ ਹੱਥਾਂ ਸਮਰਪਣ ਕਰਦੇ ਆ ਰਾਜਵੀਰ ਕੌਰ ਲਈ ਪ੍ਰਭੂ ਅਸੀ ਦੁਆ ਕਰਦੇ ਆ ਖੁਦਾਵੰਦਾ ਕਿਰਪਾ ਕਰ ਦਇਆ ਕਰ ਸੇ ਤੰਦਰੁਸਤੀ ਦੇ ਬਲ ਬੁੱਧੀ ਗਿਆਨ ਸਮੇ ਸ਼ਕਤੀ ਦੀ ਪ੍ਰਭੂ ਸੋਨੀਆ ਬਲਵਿੰਦਰ ਕੌਰ ਤੁਮ ਪੂਰੇ ਲਈ ਪ੍ਰਭੂ ਅਸੀਂ ਦੁਆ ਕਰਦੇ ਹਾਂ ਪ੍ਰਭੂ ਕਿਰਪਾ ਕਰ ਪ੍ਰਭੂ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਇਹਨਾਂ ਦੀ ਜੀਵਨ ਤੇ ਤੁਹਾਡਾ ਹੱਥ ਦ੍ਰਿਸ਼ਟੀ ਬਣੀ ਰਹੇ ਤੁਹਾਡੇ ਪਾਕ ਲੋਚ ਵਿੱਚ ਪਾਉਂਦੇ ਹਾਂ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਮੰਗਦੇ ਹਾਂ ਖੁਦਾਬੰਦਾ ਸੁਖਿੰਦਰ ਲਈ ਪ੍ਰਭੂ ਸੁਖਿੰਦਰ ਵੀਰ ਜੀ ਲਈ ਪ੍ਰਭੂ ਦੁਆ ਕਰਦੇ ਹਾਂ ਖੁਦਾਬੰਦਾ ਤੁਹਾਡੇ ਪਾਕ ਲੋਚ ਵਿੱਚ ਪਾਉਂਦਾ ਤੁਹਾਡੇ ਨਾਮ ਦੀ ਮਹਿਮਾ ਮੰਗਦੇ ਪਿਆਰੇ ਪਰਮੇਸ਼ੁਰ ਖੁਦਾਬੰਦਾ ਤੁਹਾਡਾ ਹੱਥ ਇਹਨਾਂ ਤੇ ਮੰਗਦੇ ਆਂ ਤੁਹਾਡੀ ਦਇਆ ਦ੍ਰਿਸ਼ਟੀ ਮੰਗਦੇ ਖੁਦਾਬੰਦਾ ਸਿਹਤ ਦੀ ਤੰਦਰੁਸਤੀ ਮੰਗਦੇ ਆਂ ਪਿਆਰੇ ਪ੍ਰਭੂ ਸੁਖ ਦਰਸ਼ਨ ਤੇ ਪ੍ਰਭੂ ਕਿਰਪਾ ਦ੍ਰਿਸ਼ਟੀ ਕਰ ਤੁਹਾਡਾ ਹੱਥ ਇਹਨਾਂ ਤੇ ਬਣਿਆ ਰਹਿ ਪ੍ਰਭੂ ਸਾਰਾਣੀ ਦੀ ਦੁਆ ਕਰਨੇ ਪ੍ਰਭੂ ਕਿਰਪਾ ਕਰ ਪ੍ਰਭੂ ਆਪਣੀ ਬੇਟੀ ਤੇ ਦਇਆ ਕਰ ਤੁਹਾਡੇ ਸ਼ਰਬ ਸ਼ਕਤੀਮਾਨ ਪਵਿੱਤਰ ਪਿਤਾ ਪਰਮੇਸ਼ਰ ਲਘੂਵਜਨ ਚਪੋਂਦਿਆ ਸੁਖਜਨ ਪਾਸ ਜੀ ਲਈ ਪ੍ਰਭੂ ਦੁਆ ਕਰਦੇ ਹਾਂ ਜਿਹੜਾ ਰੱਗਾ ਤੁਹਾਨੂੰ ਖੁਦਾਵੰਦਾ ਨ ਦੇ ਪੂਰੇ ਸੇਵਕਾਈ ਚ ਤੁਹਾਡਾ ਆਦ੍ਰਸ਼ਟੀ ਬਣੇ ਪ੍ਰਭੂ ਹਾਰ ਛੇਤਰ ਵਿੱਚ ਆਪਣੇ ਸੇਵਕ ਨੂੰ ਬਿਦਾਓ ਆਪਣੇ ਆਸ਼ੀਸ਼ ਤੇ ਬਰਕਤ ਦੋ ਤਮਾਮ ਲੋੜਾਂ ਸੁਗੀ ਪੰਡਾਰ ਚ ਪੂਰਾ ਕਰੋ ਤੁਹਾਡੇ ਨਾਮ ਨੂੰ ਮੈਂ ਮੰਗ ਲੇ ਪ੍ਰਭੂ ਪਾਦ ਜੀ ਸਾਹਿਬ ਲਈ ਦੁਆ ਕਰਦੇ ਹਾਂ ਸੇ ਤੰਦਰੁਸਤੀ ਮੰਗਦੇ ਜੋ ਤੁਹਾਡੀ ਸੇਵਾ ਲਈ ਦਿਨ ਰਾਤ ਜਾਗਦੇ ਹੋਏ ਪ੍ਰਭੂ ਤੁਹਾਡੀ ਸੇਵਾ ਲਈ ਸਮਰਪਣ ਹਨ ਸਾਰੇ ਕਾਰੀਆਂ ਲਈ ਦੀਦੀ ਲਈ ਪ੍ਰਭੂ ਦੁਆ ਕਰਦੇ ਹਾਂ ਖੁਦਾਵੰਦਾ ਪ੍ਰਭੂ ਦੀ ਦਿੱਤੀ ਕਿਰਪਾ ਦ੍ਰਿਸ਼ਟੀ ਕਰੇ ਪ੍ਰਭੂ ਸੇ ਤੰਦਰੁਸਤੀ ਦੇ ਇਹਨਾਂ ਦੇ ਨਾਲ ਵਿੱਚ ਹੋਰ ਵੀ ਬਲ ਹਿੰਮਤ ਤਾਕਤ ਦੇ ਕੇ ਆਪਣੇ ਕੰਮ ਲਈ ਇਸਤੇਮਾਲ ਕਰੇ ਬਹੁਤ ਸਾਰਾ ਕੰਮ ਜੋ ਸ਼ਰਮ ਸ਼ਕਤੀਮਾਨ ਤੇ ਸੇਵਾ ਦਾ ਅੱਗੇ ਲੈ ਕੇ ਚੱਲ ਰਹੇ ਨੇ ਪ੍ਰਭੂ ਦਿਨ ਰਾਤ ਜਾਗਦੇ ਹੋਏ ਨੀਂਦ ਨੂੰ ਤਿਆਗਦੇ ਹੋਏ ਖੁਦਾਬੰਦਾ ਬਹੁਤ ਸਾਰੇ ਸ਼ਰਮ ਸ਼ਕਤੀਮਾਨ ਸਮੇ ਨੂੰ ਤੁਹਾਡੇ ਚਿਰਚੇ ਦਿੰਦੇ ਹੋਏ ਪ੍ਰਭੂ ਤੁਹਾਡੀ ਸੇਵਾ ਕਰਨੀ ਖੁਦਾਬੰਦਾ ਇਹਨਾਂ ਨੂੰ ਬਲ ਹਿੰਮਤ ਤਾਕਤ ਬੁੱਧੀ ਸਮਝ ਸ਼ਕਤੀ ਸਮਰਤਤ ਹੋਰ ਵੀ ਦਿਜੀਏ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਪਿਤਾ ਪਰਮੇਸ਼ਰ ਜੀ ਹੌਨਮ ਤੇ ਇਬਰਲ ਤੇ ਕਿਰਪਾ ਦ੍ਰਿਸ਼ਟੀ ਕਰਨ ਤੁਹਾਡਾ ਲਗਾਉਂਦੇ ਆ ਬੱਚਾਂ ਤੇ ਕਿਰਪਾ ਕਰੋ ਉਹਨਾਂ ਦੀ ਪੜ੍ਹਾਈ ਲਿਖਾਈ ਚ ਮਦਦ ਸਹਾਇਤਾ ਕਰੋ ਪ੍ਰਭੂ ਜੀ ਪੇਪਰਾਂ ਚ ਪਾਸਵਰਸ ਕਰਨ ਤੁਹਾਡੇ ਨਾਮ ਨੂੰ ਮਹਿਮਾ ਤੋ ਪ੍ਰਭੂ ਮਿਲੇ ਪ੍ਰਭੂ ਨਦੀ ਸੇਵਕਾਇ ਤੁ ਬੜੀ ਬਰਕਤ ਤੇ ਆਸ਼ੀਸ਼ ਦਿਓ ਸਾਰੀ ਸੇਵਾ ਤੇ ਤੁਹਾਡਾ ਹੱਥ ਮੰਗਦੇ ਆਂ ਖੁਦਾ ਦੁਆ ਕਰਦੇ ਆਂ ਐਮ ਆਈ ਐਮ ਦੇ ਸਾਰੇ ਕਾਰਕਿਰਤਾਵਾਂ ਵਾਸਤੇ ਜੋ ਤਿਰੂਸੀ ਵਾਲੀ ਹੱਥ ਬਧਾਉਂਦੇ ਉਹਨਾਂ ਵਾਸਤੇ ਪ੍ਰਭੂ ਖੁਦਾ ਬੰਦਾ ਸਭ ਤੇ ਤੁਹਾਡੀ ਬਰਕਤ ਔਰ ਤੰਦਰੁਸਤੀ ਔਰ ਸਲਾਮਤੀ ਮੰਗਦੇ ਆਂ ਖੁਦਾ ਬੰਦਾ ਇੱਕ ਇੱਕ ਜੀਵਨ ਤੇ ਤੁਹਾਡਾ ਹੱਥ ਬਣਾਈ ਰਵੇ ਖੁਦਾ ਸੀ ਦੁਆ ਕਰਦੇ ਆਂ ਪਿਆਰੇ ਪਰਮੇਸ਼ੁਰ ਚ ਇਸ ਜੋ ਮੀਟਿੰਗ ਵਿੱਚ ਸ਼ਰਮ ਸ਼ਕਤੀਮਾਨ ਜੁੜਦੇ ਨੇ ਉਹਨਾਂ ਸਾਰਿਆਂ ਵਾਸਤੇ ਜੋ ਨਵੇਂ ਵੀ ਜੁੜ ਪਾਏ ਉਹਨਾਂ ਵਾਸਤੇ ਪ੍ਰਭੂ ਦੁਆ ਕਰਦੇ ਆਂ ਸਭ ਤੇ ਤੁਹਾਡਾ ਹੱਥ ਔਰ ਦ੍ਰਿ ਖੁਦਾਵੰਦਾ ਔਰ ਦੁਆ ਕਰਦੇ ਆ ਮੇਰੇ ਪਿਆਰੇ ਪਰਮੇਸ਼ਰ ਪ੍ਰਭੂ ਜੀ ਖਾਸ ਕਰਕੇ ਜੋ ਨਦਰਾਂ ਫਾਸਟਿੰਗਾਂ ਦੇ ਚੰਨ ਉਹਨਾਂ ਦੇ ਫਾਸਟਿੰਗ ਨੂੰ ਹੁਣ ਜੋ ਤੁਸੀਂ ਮਦਦ ਸਹਾਇਤਾ ਕਰਨਾ ਬਲੇ ਹਮਤ ਤਾਕਤ ਬੁੱਧੀ ਸਮ ਸ਼ਕਤੀ ਦੇਣਾ ਖੁਦਾਵਾ ਪ੍ਰਭੂ ਦੁਆ ਕਰਦੇ ਆ ਪਿਆਰੇ ਪਰਮੇਸ਼ਰ ਦੁਪਹਿਰ ਦੀ ਜੋ ਮੀਟਿੰਗ ਦੇ ਲਈ ਵੀ ਪ੍ਰਭੂ ਉਸ ਨੂੰ ਵਿਚ ਲਾਉਣ ਵਿੱਚ ਆਪਣੇ ਲੋਕਾਂ ਦੀ ਮਦਦ ਸਹਾਇਤਾ ਕਰਨਾ ਔਰ ਖੁਦਾ ਦੁਆ ਕਰਦੇ ਆ ਖਾਸ ਕਰਕੇ ਸ਼ਰਮ ਸ਼ਕਤੀਮਾਨ ਜੋ ਆਨਲਾਈਨ ਆਪਸ਼ਨਸ ਨੂੰ ਸੌਣ ਪਰੇ ਪਰਮੇਸ਼ਰ ਬਰਕਤ ਤੇ ਆਸ਼ੀਸ਼ ਨੂੰ ਪਾ ਤੁਹਾਡੇ ਪਵਿੱਤਰ ਨਾਮ ਨੂੰ ਵੱਡੀ ਮਹਿਮਾ ਮਿਲੇ ਪਿਤਾ ਤੁਹਾਡਾ ਹੱਥ ਸਾਡੇ ਸਭ ਤੇ ਬਣਾ ਰਵੇ ਪਿਆਰੇ ਪਰਮੇਸ਼ਰ ਤੁਸੀਂ ਸਾਡੇ ਸਾਰਿਆਂ ਦੇ ਅਗਵਾਈ ਕਰੋ ਮਦਦ ਕਰੋ ਸਹਾਇਤਾ ਕਰੋ ਪਿਆਰੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਅਸੀਂ ਸਾਰੇ ਤੁਹਾਡੇ ਜਨ ਤੁਹਾਡੇ ਕੰਮਾਂ ਦੇ ਵਿੱਚ ਦਿਨ ਬਰਤੀ ਦਿਨ ਵਧਦੀ ਜਾਏ ਔਰ ਸ਼੍ਰਿਸ਼ਕਤੀਮਾਨ ਪ੍ਰਭੂ ਜੋ ਯੋਜਨਾਵਾਂ ਜੋ ਪਲਾਨ ਤੁਹਾਡੇ ਨੇ ਸਾਡੇ ਜੀਵਨ ਵਿੱਚ ਉਹ ਸਫਲ ਹੋ ਸਕਣ ਪਿਆਰੇ ਪਰਮੇਸ਼ਰ ਪ੍ਰਭੂ ਯਿਸੂ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਧੰਨਵਾਦ ਕਰਦੇ ਆ ਸ਼ੁਕਰ ਕਰਦੇ ਆ ਪ੍ਰਭੂ ਜੀ ਤੁਸੀਂ ਸਾਡੀ ਬੇਨਤੀ ਨੂੰ ਸੁਣਿਆ ਸਵੀਕਾਰ ਕੀਤਾ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦੀ ਦਰਜ ਮੰਗਦੇ ਆ ਆਮੇਨ اے ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਕ ਅਤੇ ਜੋ ਕੁਝ ਮੇਰੇ ਅੰਦਰ ਹੈ ਉਹਦੇ ਪਵਿੱਤਰ ਨਾਮ اے ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਕ ਅਤੇ ਉਹਦੇ ਸਾਰੇ ਉਪਕਾਰ ਨਾ ਵਿਸਾਰ ਆਮੇਨ ਪ੍ਰਭੂ ਤਨੁਸਾਰਨ ਬਰਕਤ ਦੇ ਜਿਸ ਤਰ੍ਹਾਂ ਅੱਜ ਜੁੜੇ ਕੱਲ ਵੀ ਜੁੜ ਕੇ ਪਰਮੇਸ਼ਰ ਦੀ ਮਹਿਮਾ ਕਰੇ